ਕੀ ਗੱਲ ਖੈਰ ਆ ਹਾਂਜੀ ਦਬਾ ਰਹੇ ਹਾਂ ਹਾਂਜੀ ਦਬਾ ਰਹੇ ਹਾਂ ਅਸੀਂ ਉਹ ਡਰਾਮੇ ਤੋਂ ਬਾਅਦ ਥਕਾਵਟ ਹੋ ਜਾਂਦੀ ਹੈ ਤੁਹਾਨੂੰ ਪਤਾ ਹੀ ਆ ਬਈ ਡਰਾਮੇ 'ਚ ਕੀ ਤੂੰ ਮੂੰਹ ਨਾਲ ਇੱਟਾਂ ਚੁੱਕਣ ਵਾਲੀ ਆਈਟਮ ਕਰਦੇ ਕੀ ਮਤਲਬ ਤੂੰ ਐਡਾ ਮਤਲਬ ਓਏ ਕੀ ਗੱਲ ਖੈਰ ਆ ਉਹ ਮੇਰੇ ਉਹ ਸ਼ਿਗਰਦ ਪੈਣ ਆਇਆ ਮੈਂ ਸ਼ਿਗਰਦ ਪੈਣ ਆਇਆ ਹਾਂ ਉੱਥੇ ਜਾ ਕੇ ਪੈ ਜਾ ਪਤਾ ਕਰ ਲਈ ਸ਼ਿਗਰਦ ਫੇਰ ਪੈ ਜੀ ਉਸਤਾਦ ਜੀ ਕੋ ਸ਼ਿਗਰਦ ਦੀ ਇੱਜ਼ਤ ਹੁੰਦੀ ਹੈ ਜ਼ਰਾ ਨਹੀਂ ਹੁੰਦੀ ਸ਼ਿਗਰ ਐਵੇਂ ਨਹੀਂ ਹੁੰਦੀ ਉਹ ਪੈਣ ਛੱਡ ਦਿਓ ਬਸ ਕਰੋ ਬਸ ਕਰੋ ਕੀ ਗਿਆ ਐਕਸੀਡੈਂਟ ਤੋਂ ਬਚੇ ਆ ਬਾਈਪਾਸ ਕਰਾ ਕੇ ਆਏ ਸਜਾਦ ਬੰਦੇ ਦਾ ਪੁੱਤ ਬਾਣਾ ਤੇਰੇ ਆਉਣ ਦਾ ਨਹੀਂ ਐਡਾ ਮਤ ਕੀ ਮੇਰੇ ਆਉਣ ਦਾ ਕੀ ਟਾਈਮ ਮਤਲਬ ਤੂੰ ਬਿਲਕੁਲ ਹੀ ਅੱਲਾ ਮਾਫੀ ਦੇਵੇ ਹੱਦ ਹੀ ਤੋੜਦੀ ਸਾਰੀ ਉਹ ਯਾਰ ਤੂੰ ਮੈਂ ਤਾਂ ਹੈਰਾਨ ਆ ਵੇਖ ਕੇ ਵੀ ਜਦੋਂ ਮੈਂ ਤੈਨੂੰ ਕਾਫੀ ਦੇਰ ਪਹਿਲੇ ਜਦੋਂ ਵੇਖਿਆ ਸੀ ਪਹਿਲੇ ਤਾਂ ਤੈਨੂੰ ਇਹ ਪੁੱਛਣਾ ਵੀ ਮੈਂ ਤੈਨੂੰ ਲੱਭਦਾ ਕਿੱਥੋਂ ਕਿੱਥੋਂ ਆ ਰਿਹਾ ਕਿੱਥੋਂ ਕਿੱਥੋਂ ਲੱਭਦਾ ਆ ਰਿਹਾ ਤੂੰ ਡਰਾਮਾ ਕਰਕੇ ਪਤਾ ਨਹੀਂ ਕਿੱਥੇ ਛੱਡੋ ਯਾਰ ਲੱਤ ਥੱਲੇ ਕਰ ਕੋਈ ਕੋਈ ਸ਼ਰਮ ਜਿਹਾ ਹੁੰਦੀ ਆ ਕੋਈ ਸ਼ਰਮ ਹੋਤੀ ਹੈ ਕੋਈ ਹਯਾ ਹੋਤੀ ਹੈ ਇਸ ਕੋ ਥੱਲੇ ਕਰੋ ਲੈ ਦੱਸ ਉਸਤਾਦ ਜੀ ਕਾਫੀ ਦੇਰ ਦਾ ਮੈਂ ਤੁਹਾਨੂੰ ਕਹਿ ਤੈਨੂੰ ਮੈਂ ਪਿਛਲੀ ਵੱਡੀ ਤੇ ਤੈਨੂੰ ਮਿਲਿਆ ਸਾਂ ਉਦੋਂ ਵੀ ਤੂੰ ਇਹ ਜਰਾਬਾਂ ਪਾਈਆਂ ਸੀ ਤੇ ਪੜੀਆਂ ਤਾਂ ਨਹੀਂ ਮੇਰੀ ਸਾਹਮਣੇ ਦੇਖ ਤੂੰ ਨਹੀਂ ਤੂੰ ਮਰੇ ਕੋ ਐਲਫੀ 'ਚ ਪੈਰ ਪਾ ਕੇ ਮੁੜ ਕੇ ਜਰਾਬਾਂ ਪਾ ਲਈਆਂ ਲੱਥ ਦੀਆਂ ਨਹੀਂ ਹੈ ਉਹ ਅੱਲਾ ਮਾਫੀ ਦੇਵੇ ਥੱਲੇ ਕਰ ਲਾ ਯਾਰ ਐਡੀ ਹੈਰਾਨ ਕਿਉਂ ਹੋ ਗਿਆ ਥਕਾਵਟ ਇੰਨੀ ਹੋਈ ਹੈ ਮੈਂ ਉਹ ਘੁੱਟ ਉਹ ਭੈਣੇ ਬਸ ਲੈ ਘੁੱਟ ਥੱਲੇ ਕਰ ਯਾਰ ਸਿੱਧਾ ਹੋ ਕੇ ਬਹਿ ਛੱਡ ਓਏ ਉਹ ਮੈਂ ਨਾ ਸਜਾਦ ਤੂੰ ਮੇਰੇ ਪੀਰਾਂ ਦਾ ਮੁੰਡਾ ਉਹ ਪੀਰਾਂ ਦਾ ਮੁੰਡਾ ਨਹੀਂ ਮੈਂ ਤੇਰਾ ਭਰਾ ਵਾਂ ਭਰਾਵਾਂ ਤੇ ਉਹਨੂੰ ਕਰਨ ਦੇ ਮੈਂ ਕਰਨਾ ਤੂੰ ਪਹਿਲਾਂ ਹੀ ਐਂ ਕਰ ਲੈਣਾ ਤੈਨੂੰ ਮੈਂ ਸਮਝ ਗਿਆ ਨਾ ਤੂੰ ਇਹਦੇ ਐ ਮੈਂ ਸਿਰਫ ਤੇਰੀ ਇੱਜ਼ਤ ਰੱਖ ਨੂੰ ਧੌਣ ਲਾ ਰਿਹਾ ਪਰ ਨਾ ਮੇਰੇ ਪੱਟੇ ਸਹੀ ਨਹੀਂ ਓਏ ਉਹ ਅੰਜ ਸਹੀ ਆ ਇਹ ਕਿਹੜੇ ਸ਼ਗਿਰਦ ਸਾਰੇ ਮਾਰੇ ਰੱਖੇ ਪਾਣੀ ਤੁਸੀਂ ਤਰਾ ਗੱਲ ਉਹ ਜਿਹੜੀ ਮੂੰਹ ਤੇ ਹਾਂਜੀ ਹਾਂਜੀ ਤੂੰ ਬੈਡ ਲੱਕ ਇਨਸਾਨ ਆ ਕਿਉਂ ਕੀ ਹੋਇਆ ਤੂੰ ਕਿਸੇ ਨੂੰ ਜਾਹਲ ਵੀ ਨਹੀਂ ਕਹਿ ਸਕਦਾ ਕਿਉਂ ਤੂੰ ਆਪ ਆ ਅਸਲਾਮ ਅਲੈਕੁਮ ਇਹ ਅਸਲਮ ਚਿੱਟਾ ਸਾਹਿਬ ਨੇ ਸਾਡੇ ਫੈਸਲਾਬਾਦ ਦੇ ਬੜੇ ਅੱਛੇ ਆਰਟਿਸਟ ਨੇ ਅਤੇ ਇਹ ਫੈਸਲ ਡਰਾਮੇ ਸਾਹਿਬ ਇਹਨਾਂ ਨੂੰ ਤੁਸੀਂ ਜਾਣਦੇ ਹੀ ਆ ਇਹ ਉਹ ਆਰਟਿਸਟ ਨੇ ਫੈਸਲਾਬਾਦ ਦੇ ਮਤਲਬ ਮੈਂ ਇਹਨਾਂ ਨਾਲੋਂ ਬਹੁਤ ਅੱਛਾ ਆਰਟਿਸਟ ਹਾਂ ਪਤਾ ਨਾ ਤੁਹਾਨੂੰ ਅਤੇ ਫਿਰ ਇੱਥੇ ਤੂੰ ਆ ਜਾ ਮੈਂ ਇੱਧਰ ਆ ਜਾਣਾ ਯਾਰ ਮੈਂ ਗੱਲ ਕਰ ਰਿਹਾ ਇੱਕ ਗੱਲ ਮੈਂ ਤੁਹਾਨੂੰ ਦੱਸਦਿਆਂ ਫੈਸਲਾਬਾਦ 'ਚ ਕਿਉਂਕਿ ਟੈਲੈਂਟ ਬਹੁਤ ਜ਼ਿਆਦਾ ਔਰ ਮੇਰੀ ਕੋਸ਼ਿਸ਼ ਆ ਕਿ ਯਾਰ ਇਹਨਾਂ ਨੂੰ 20-30 ਸਾਲ ਹੋ ਗਏ ਨੇ ਔਰ ਇੰਨਾ ਅੱਛਾ ਮੈਂ ਲਾਹੌਰ ਵੀ ਬੜਾ ਟੈਲੈਂਟਡ ਲੋਕ ਦੇਖੇ ਨੇ ਕਰਾਚੀ ਦੇ ਦੇਖੇ ਨੇ ਪੂਰੇ ਪਾਕਿਸਤਾਨ 'ਚ ਲੇਕਿਨ ਜਿਹੜੀ ਇੱਕ ਮਤਲਬ ਮੁਨਸਫੀ ਹੈ ਨਾ ਉਹ ਇਹ ਹੈ ਕਿ ਵੀ ਮੈਂ ਫੈਸਲਾਬਾਦ ਵਰਗੇ ਆਰਟਿਸਟ ਨਹੀਂ ਦੇਖੇ ਕਿਤੇ ਕੋਈ ਕੋਈ ਕਿਤੇ ਹੋਣਗੇ ਲੇਕਿਨ ਇੱਥੇ ਅਕਸਰੀਅਤ ਨਾ ਨੇ ਮੈਂ ਚਾਹ ਰਿਹਾ ਮੇਰੇ ਪ੍ਰੋਗਰਾਮ 'ਚ ਇੱਦਾਂ ਦੇ ਮੂੰਹ ਵੀ ਜਿਹੜੇ ਨਾਲ ਲੋਕ ਉਹ ਇੰਜੋਏ ਕਰਨ ਇਹ ਦੇਖੋ ਇਹਨਾਂ ਦਾ ਨਾਂ ਹੈਗਾ ਅਸਲਮ ਚਿੱਟਾ ਇਹ ਚਿੱਟਾ ਸਭ ਤੋਂ ਪਹਿਲੇ ਦੱਸੋ ਜੀ ਜੀ ਜਿਹੜਾ ਚਿੱਟਾ ਤੁਹਾਡਾ ਨਾਂ ਆ ਜੀ ਇਹ ਤੁਸੀਂ ਆਪਣੇ ਮਤਲਬ ਬਿਸਤੀ ਤੋਂ ਬਚਣ ਵਾਸਤੇ ਰੱਖਿਆ ਜਾਂ ਤੁਸੀਂ ਤੁਹਾਨੂੰ ਕੋਈ ਕਾਲਾ ਨਾ ਕਵੇ ਇਸ ਤੋਂ ਤੁਸੀਂ ਚਿੱਟਾ ਨਾਂ ਰੱਖਿਆ ਔਰ ਚਿੱਟੀ ਤੁਹਾਡੇ 'ਚ ਕਿਹੜੀ ਚੀਜ਼ ਦਾ ਸਵਾਈ ਛੱਡਦੀ ਇਸ ਲੈਣ ਤੋਂ ਮੈਂ ਗੱਲ ਚਿੱਟੀ ਕਰਦਾ ਇਹਦਾ ਨਾਮ ਮਤਲਬ ਚਟਿਆਈ ਹੈ ਤੁਹਾਡਾ ਦਿਲ ਚਿੱਟਾ ਵਾ ਦਿਲ ਚਿੱਟਾ ਤੇ ਇਹ ਤਸਮਾ ਬਾਹਰ ਆਇਆ ਅੰਦਰ ਬੂਟ ਲੁਕੋਇਆ ਕੋਈ ਉਹ ਠਹਿਰ ਜਾ ਐਡਿਆ ਕਾਲੇ ਆ ਸੱਚੀ ਗੱਲ ਕਰਦੇ ਮਾਸ਼ਾਅੱਲਾ ਨੂਰ ਤੇ ਵੇਖੋ ਕਿੰਨਾ ਹੈਂਜੀ ਨੂਰ ਤੇ ਵੇਖੋ ਭਾਈ ਤੁਸੀਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਉਸਾਮਾ ਥੋੜਾ ਉੱਚੀ ਬੋਲੋ ਉਸਾਮਾ ਉਸਾਮਾ ਹਾਂਜੀ ਐਲਵਾ ਓ ਟੀ ਏ ਟੀ ਕਿਊ ਪੇਸ਼ਵਾ ਕੋ ਉਸਾਮਾ ਹੈਂਜੀ ਦੁਬਾਰਾ ਮਹਿੰਗੇ ਸਕੂਲਾਂ ਦੀਆਂ ਫੀਸਾਂ ਦਿੱਤੀਆਂ ਤੁਹਾਡੇ ਵਾਂਗੂ ਖੋਤੀ ਸਕੂਲਾਂ 'ਚ ਨਹੀਂ ਪੜ੍ਹੇ ਨਹੀਂ ਦੱਸਣਾ ਸਪੈਲਿੰਗ ਦੱਸਣਾ ਕਿਹਦੇ ਉਸਾਮਾ ਦੇ ਐਲਵਾ ਓ ਟੀ ਏ ਟੀ ਕਿਊ ਪੇਸ਼ਵਾ ਕੋ ਕਾਮਾ ਕੋ ਕਾਮਾ ਕੋ ਕਾਮਾ ਕੂਫ ਨਹੀਂ ਚਾਹੁੰਦਾ ਬੇਵਾਕੂਫ ਓਏ ਇੰਜ ਕਦੋਂ ਮੈਂ ਉਸਤਾਦ ਜੀ ਨੂੰਦ ਪ੍ਰਵਾਨ ਲਾਮਾ ਕੂਫ ਉਸਾਮਾ ਇਹਨੂੰ ਕਹਿੰਦੇ ਆ ਕਿਸੇ ਅੱਛੀ ਫੈਮਿਲੀ ਦਾ ਚਸ਼ਮਾ ਚਿਰਾਗ ਨਹੀਂ ਅੱਛਾ ਤੁਸੀਂ ਕੀ ਜੇ ਕੀ ਆ ਤੂੰ ਮੈਂ ਜਨਾਬ ਜੀ ਉਸਤਾਦ ਜੀ ਸ਼ਾਗਿਰਦ ਕਰਨੀ ਆ ਉਹ ਤੂੰ ਹੈ ਕੀ ਆ ਅਗੋ ਕਹਿ ਲੈ ਤੂੰ ਕੀ ਆ ਤੇਰੇ ਪੱਲੇ ਕੀ ਰਹਿ ਗਿਆ ਉਹ ਮੇਰਾ ਸ਼ਾਗਿਰਦ ਹੈ ਅੱਛਾ ਇਹ ਵੀ ਸ਼ਾਗਿਰਦ ਆ ਇਹ ਨਸਲੀ ਸ਼ਾਗਿਰਦ ਆ ਅੱਛਾ ਦੇਸੀ ਜੱਦੀ ਪੁਸ਼ਤੀ ਵਾਹ ਵਾਹ ਤੇ ਉਹ ਮੈਂ ਹਜੇ ਹੋਣਾ ਐਪਲੀਕੇਸ਼ਨ ਦਿੱਤੀ ਹੈ ਕਰਨੀ ਡੇ ਮੈਂ ਕਹਿਣ ਡਿਆ ਜ਼ਰਾ ਮੇਰੀ ਇੱਜ਼ਤ ਰਹਿ ਜੇ ਖਾਨਦਾਨ 'ਚ ਮੂੰਹਾਂ 'ਚ ਰਹਿ ਜੇ ਕਰਦੀ ਨਹੀਂ ਪਏ ਸ਼ਾਗਿਰਦ ਨਹੀਂ ਸ਼ਾਗਿਰਦ ਮੈਂ ਨਹੀਂ ਇਹਨੂੰ ਕਰਨਾ ਕਿਉਂ ਨਹੀਂ ਕਰਨਾ ਵਜਾ ਇਹ ਤੁਹਾਡੀ ਦੁਆ ਨਾਲ ਬਿਹਤਰੀਨ ਬੇਗੈਰਤ ਇਨਸਾਨ ਮੈਂ ਨਹੀਂ ਕਰਨਾ ਅੱਲਾ ਪਾਕ ਦੀ ਕਸਮ ਹੈ ਕੱਪ 3 ਪਏ ਤੇ ਮੈਂ ਇੱਕ ਅੱਧਾ ਤੋੜ ਸਕਦਾ ਇੱਥੇ ਮਾਰ ਗਿਆ ਇੱਥੇ ਓਏ ਬਗੈਰ ਨਹੀਂ ਮੈਂ ਜੋ ਮਰਜ਼ੀ ਅਸੀਂ ਖਾਨਦਾਨੀ ਬੰਦੇ ਹਾਂ ਮੈਂ ਅੱਲਾ ਮਾਫੀ ਕਹਿੰਦਾ ਮੈਂ ਕਹਿੰਦਾ ਪੂਰਾ ਮੁਆਸ਼ਰਾ ਕਹਿੰਦਾ ਗੂਗਲ 'ਤੇ ਸਰਚ ਕਰ ਲੈ
ਠੀਕ ਆ ਇਹ ਤੁਸੀਂ ਕਹੀ ਸੀ ਨਹੀਂ ਨਹੀਂ ਇਹ ਕੁਦਰਤੀ ਹੈ ਯਾਰ ਮੇਰੇ ਨਾਲ ਤੁਹਾਨੂੰ ਖਾਣ ਪੀਣ ਚ ਬੜੀ ਅੱਜ ਕੱਲ ਤਕਲੀਫ ਸਾਰਿਆਂ ਨੂੰ ਹੋ ਰਹੀ ਹੈ ਖੁਦਾ ਦੀ ਕਸਮ ਤੂੰ ਤੇ ਲੰਗਰ ਦਾ ਮੁਹੰਮਦ ਬਿਨ ਕਾਸਮ ਆ ਮੈਂ ਜਿਹੜੇ ਰੋਡ ਤੇ ਦੇਖਿਆ ਚਰੀ ਜਾਣਾ ਪਤਾ ਨਹੀਂ ਤੇਰਾ ਤਾਂਬੇ ਦਾ ਮੇਦਾ ਅਸੀਂ ਇੱਕ ਇੱਧਰ ਉੱਠ ਕਰ ਲਈਏ ਦੋ ਦਿਨ ਕੱਢ ਲਈਏ ਤੁਹਾਡੀ ਦੁਆ ਨਾਲ ਸਾਡਾ ਮੇਦਾ ਇੰਨਾ ਜ਼ਰਫ ਰੱਖਦਾ ਇਹ ਤਾਂ ਪਤਾ ਨਹੀਂ ਦੇਸੀ ਬੱਕਰਾ ਚਰੀ ਜਾ ਉਹ ਯਾਰ ਕੀ ਚਰੀ ਜਾਣਾ ਕਿੰਨਾ ਕੁ ਮੈਂ ਖਾ ਲੈਣਾ ਵਾ ਓਏ ਮੈਂ ਨਜ਼ਰ ਲਾਤੀ ਮੇਰਾ ਮੌਲਾ ਨੇ ਰਿਜ਼ਕ ਲਾਇਆ ਯਾਰ ਤੁਹਾਨੂੰ ਤਕਲੀਫ ਫੇ ਬਹੁਤਾ ਹੀ ਲਾਇਆ ਕਿਤੇ ਆ ਆ ਆ ਵੰਦਰਾਂ ਹੁਣ ਤੂੰ ਤੇ ਸ਼ਗਿਰਦ ਚ ਹੋਣਾ ਉਹ ਮੈਂ ਕਿਤੋਂ ਸ਼ਗਿਰਦ ਕਰਨਾ ਅੱਲਾ ਮਾਫੀ ਚਲੋ ਇੱਕ ਮਸਾਲਾ ਹੋ ਨਹੀਂ ਕਰਨਾ ਖੁਦਾ ਦੀ ਕਸਮ ਇਹਨਾਂ ਫੈਰ ਖਾਣਾ ਵਾ ਸ਼ਗਿਰਦ ਕਿਉਂ ਨਹੀਂ ਕਰਨਾ ਮੈਂ ਕੁਰਾਨ ਦੀ ਕਸਮ ਹੈ ਮੈਨੂੰ ਜਾਣਦਾ ਨਹੀਂ ਮੈਂ ਸੱਚੀ ਮੁੱਚੀ ਦਾ ਮੁਗਲ ਆ ਅੱਲਾ ਪਾਕ ਦੀ ਕਸਮ ਮੇਰੀ ਇੱਜ਼ਤ ਨਹੀਂ ਰਹਿਣੀ ਮੇਰੇ ਛੋਟੇ ਭਾਈ ਦੀ ਸ਼ਾਦੀ ਮੈਂ ਆਪ ਗਾਣਾ ਜਿਹੜੀ ਅੱਖ ਨਾਲੋਂ ਤੇਜ਼ ਰਫਤਾਰ ਕੀ ਅੱਖ ਨਾਲ ਤੇਜ਼ ਅੱਖ ਨਾਲ ਤੇਜ਼ ਕੀ ਸਜਾਦ ਨੂੰ ਕਾ ਬੰਦੇ ਦਾ ਪੁੱਤ ਬਣ ਮੈਂ ਨਾ ਖੁਦਾ ਦੀ ਕਸਮ ਮੈਂ ਬੰਦੇ ਦਾ ਪੁੱਤ ਬਣ ਮੈਂ ਚਿੱਟਾ ਸਾਹਿਬ ਮੈਂ ਬੜਾ ਕੁਝ ਸੁਣ ਕੇ ਆਇਆ ਵਾਂ ਲੋਕਾਂ ਕੋਲੋਂ ਬੰਦੇ ਦਾ ਪੁੱਤ ਬਣ ਤੁਹਾਡੀਆਂ ਤਾਰੀਫਾਂ ਮੈਨੂੰ ਸਿਰਫ ਇਹਨਾਂ ਦੱਸੋ ਲੋਕ ਤੁਹਾਡੀਆਂ ਤਾਰੀਫਾਂ ਕਿਉਂ ਕਰਦੇ ਨਹੀਂ ਆ ਹੁਣ ਮੈਂ ਪੜਿਆ ਲਿਖਿਆ ਨਹੀਂ ਹਾਂ ਲੋਕ ਕਹਿੰਦੇ ਪੜਿਆ ਮੈਂ ਉਹਨਾਂ ਦਾ ਮੂੰਹ ਫੜ ਲੈਣਾ ਮੈਨੂੰ ਬਸ ਵਾਹ 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 ਪਾਣਾ ਚਾਹ ਤੁਹਾਡੀ ਇੱਕ ਮਿੰਟ ਪਹਿਲੇ ਮੈਨੂੰ ਸ਼ਗਿਰਦ ਕਰਨਾ ਉਸਤਾਦ ਜੀ ਤੁਸੀਂ ਸ਼ਗਿਰਦ ਕਰਨਾ ਬਣ ਗਿਆ ਓਏ ਨੂੰ ਕਹਿ ਦੀ ਕਸਮ ਮੈਨੂੰ ਸ਼ਗਿਰਦ ਨਾ ਕੀਤਾ ਮੈਂ ਅੱਲਾ ਪਾਕ ਦੀ ਕਸਮ ਮੈਂ ਕੁਝ ਕਰ ਦੇਣਾ ਜੇ ਇਸ ਭਾਈ ਦਾ ਜਾਂ ਜੈ ਨਹੀਂ ਜਾਂ ਮੈਂ ਨਹੀਂ ਮੈਂ ਤੁਹਾਨੂੰ ਜੈਨਵਨ ਕਹਿਣ ਦੇ ਤੂੰ ਨਹੀਂ ਤੂੰ ਨਹੀਂ ਤੂੰ ਕਿਉਂ ਸ਼ਗਿਰਦ ਨੂੰ ਤੂੰ ਕਹਿਣ ਦੇ ਇੰਨੀ ਫਰੈਗਰੈਂਸ ਤਾਂ ਹੁੰਦੀ ਆ ਇੰਨੀ ਨਹੀਂ ਹੁੰਦੀ ਸਜਾਦ ਅੱਲਾ ਦੀ ਕਸਮ ਮੈਂ ਸਾਰੀ ਜ਼ਿੰਦਗੀ ਇਹਦੇ ਨੂੰ ਕੀਤਾ ਸ਼ਗਿਰਦ ਨੂੰ ਤੂੰ ਕਹਿਣ ਦੇ ਇੰਜ ਸ਼ਗਿਰਦ ਰੱਖੀਦਾ ਭਾਈ ਭਾਜੀ ਕਰ ਯਾਰ ਐ ਤੂੰ ਬਗੈਰਤੀ ਕੀਤੀ ਟਿਸ਼ੂ ਦੇਣਾ ਯਾਰ ਤੂੰ ਪੈਂਟ ਟਿਸ਼ੂ ਪੜਨਾ ਤੇਰਾ ਬਗੈਰਤੀ ਕਿਹੜੀ ਕੀਤੀ ਮੇਰਾ ਯਾਰ ਮੈਂ ਮੇਰੀ ਗੱਲ ਅੱਲਾ ਦੀ ਕਸਮ ਹੈ ਮੈਂ ਤੁਹਾਨੂੰ ਸਦਾ ਅੱਲਾ ਦੀ ਕਸਮ ਖਾ ਕੇ ਨਾ ਮੈਂ ਮਜ਼ਾਕ 'ਚ ਵੀ ਕਸਮ ਨਹੀਂ ਮੈਂ ਝੂਠੀ ਕਹਿੰਦਾ ਮੈਂ ਉਹਦੀ ਦਿਲੋਂ ਇੱਜ਼ਤ ਕਰਦਾ ਔਰ ਬਹੁਤ ਅੱਛਾ ਫੈਸਲਾਬਾਦ ਦਾ ਆਰਟਿਸਟ ਆ ਉਹਨੂੰ ਔਰ ਜਦੋਂ ਦਾ ਮੈਂ ਸ਼ੋਅ ਕਰ ਰਿਹਾ ਨਾ ਮੇਰੇ ਹੱਥੇ ਨਹੀਂ ਸੀ ਚੜ ਰਿਹਾ ਉਹ ਤੇ ਮੈਂ ਇੱਜ਼ਤ ਨਹੀਂ ਦੋ ਬੰਦੇ ਮੇਰੇ ਜ਼ੇਨ 'ਚ ਸੀ ਤਾਂ ਇੱਕ ਤਾਂ ਮੈਂ ਪਿਛਲੇ ਹਫ਼ਤੇ ਕਰ ਲਿਆ ਤੇ ਇਹ ਵਾਹਦ ਬੰਦਾ ਮੇਰੇ ਜ਼ੇਨ ਸੀ ਤਾਂ ਤੂੰ ਉਹਨਾਂ ਕੀ ਨਹੀਂ ਤਾਂ ਮੈਂ ਇੱਜ਼ਤ ਨਹੀਂ ਕਰਦਾ ਮੈਂ ਜ਼ੇਨ ਬਣਾ ਆਇਆ ਖੁਦਾ ਦੀ ਕਸਮ ਨਾ ਤਾਂ ਤੂੰ ਜ਼ਿਲਤਾ ਅੱਲਾ ਪਾਕ ਦੀ ਕਸਮ ਮੈਂ ਤੇ ਉਹਨਾਂ ਵੀ ਕਿਤੇ ਜਿਤੇ ਹੀ ਆ ਅੱਲਾ ਦੀ ਚਾਹ ਡੋਲਤੀ ਇਹ ਕਿਹੜੀ ਗੱਲ ਸ਼ਗਿਰਦ ਨਹੀਂ ਤੁਹਾਨੂੰ ਰੱਖਣੇ ਆਉਂਦੇ ਇੱਥੇ ਰੱਖਣਾ ਖਾਂਦਾ ਇੰਨਾ ਟਿਸ਼ੂ ਖੋਲ ਲਿਆ ਮੈਂ ਪਤਾ ਨਹੀਂ ਮੇਰੇ ਲੱਕ ਨਾ ਬਣਨਾ ਸਿੱਧਾ ਕਰੋ ਖਾਂਦਾ ਬਸ ਯਾਰ ਫੈਸਲਾ ਤੂੰ ਜ਼ਲਾਲਤ ਕਰ ਰਿਹਾ ਮੈਂ ਫੈਨ ਆ ਅੱਲਾ ਦੀ ਕਸਮ ਯਾਰ ਫੈਨ ਆ ਤੇ ਹੈ ਫੈਨ ਆ ਬਾਹ ਮਰੋੜ ਰਿਹਾ ਤੂੰ ਉਹਨਾਂ ਬਾਹ ਕਾ ਤੂੰ ਮੈਨੂੰ ਸ਼ਿਕਾਇਤ ਕਰਨ ਆਇਆ ਮੈਂ ਅੱਲਾ ਦੀ ਕਸਮ ਭਾਜੀ ਪਤਾ ਕੀ ਮੈਂ ਸ਼ਿਕਾਇਤ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦੇ ਤੁਸੀਂ ਦਿਲ ਨਹੀਂ ਮੰਨਦਾ ਦਿਲ ਕਿਉਂ ਨਹੀਂ ਮੰਨਦਾ ਮੈਂ ਦਿਲ ਖੁਦਾ ਦੀ ਕਸਮ ਕੱਢ ਕੇ ਮੈਂ ਬਾਹਰ ਰੱਖ ਦੇਣਾ ਇੱਕ ਮਿੰਟ ਸਜਾਦ ਸਾਹਿਬ ਗੱਲ ਪਤਾ ਕੀ ਹੈ ਹਾਂਜੀ ਮੇਰੇ ਭਾਈ ਦੀ ਇਹ ਸ਼ਾਦੀ ਅੱਛਾ ਠੀਕ ਹੈ ਉੱਥੇ ਮੈਂ ਗਾਣਾ ਤੇ ਮੇਰੇ ਖਾਨਦਾਨ ਨਾਲ ਮੁਨਾਸਬ ਨਹੀਂ ਸਮਝਦਾ ਗਾਣ ਵਾਲਿਆਂ ਨੂੰ ਠੀਕ ਹੈ ਠੀਕ ਹੈ ਹੁਣ ਮੇਰੇ ਤਾਇਆ ਜੀ ਨੇ ਨਾ ਉਹਨਾਂ ਨੇ ਪਹਿਲੇ ਵੀ ਮੇਰਾ ਇੱਕ ਉਸਤਾਦ ਕਤਲ ਕੀਤਾ ਉਹ ਮੈਨੂੰ ਗਾਣਾ ਸਿਖਾਉਂਦਾ ਸੀ ਯਾ ਅਲੀ ਯਾ ਤੇ ਮੈਂ ਨਾ ਨਹੀਂ ਉਸਤਾਦ ਜੀ ਜ਼ਿਆਦਾ ਕੁਝ ਖਾਣਾ ਪੀਣਾ ਮੈਂ ਨਹੀਂ ਇਹਨਾਂ ਦਾ ਦੱਸਣਾ ਹੀ ਨਹੀਂ ਮਜੀਦ ਦਾ ਕੀ ਬਣਿਆ ਉਹ ਜਿਹੜਾ ਤੁਹਾਡਾ ਮਜੀਦ ਭੋਲੇ ਨਾਲ ਹੀ ਹੁੰਦਾ ਤੁਹਾਨੂੰ ਪਤਾ ਹੀ ਹੈ ਭੋਲਾ ਜਿਹੜਾ ਉਹ ਖਰਾਦਾ ਵਾਲਾ ਉਹ ਨਹੀਂ ਨਹੀਂ ਉਹ ਟੈਰਾਂ ਵਾਲੇ ਦਾ ਮੁੰਡਾ ਉਹ ਅਸਗਰ ਸੀ ਉਹਤੇ ਟੈਰਾਂ ਵਾਲੇ ਦਾ ਮੁੰਡਾ ਅਸਗਰ ਵੱਡਾ ਉਹ ਤਾਂ ਚਲੇ ਗਿਆ ਬਾਹਰ ਅੱਛਾ ਤੇ ਭੋਲਾ ਛੋਟਾ ਉਸ ਤੋਂ ਭੋਲਾ ਛੋਟਾ ਅੱਛਾ 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 ਉਹ ਜਿਹੜਾ ਉਹ ਟਾਈਪ ਕੀ ਰੀਅਲ ਨਹੀਂ ਵਿਆਹ ਆਹੋ ਆਹੋ ਉਹਦੀ ਗੱਲ ਹੈ ਅੱਛਾ 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 ਉਹ ਮਨੀਰ ਦੇ ਨਾਲ ਇੱਕ ਵਾਰੀ ਲੜਾਈ ਹੋਈ ਜਦੋਂ ਬੋਲੋ ਨੇ ਪਾੜਤਾ ਸੀ ਥੱਲੇ ਉਹਦਾ ਇਹਨੂੰ ਤਾਂ ਭੇਜ ਆਪਾਂ ਗੱਲਾਂ ਕਰੀਏ ਬੇਟਾ ਤੈਨੂੰ ਨਿਸ਼ਾਤਾਬਾਦ ਦਾ ਪਤਾ ਉੱਥੋਂ ਨਾ ਚਾਏ ਲੈ ਗਿਆ ਕਿਉਂ ਸਿਰ ਦੁਖਦਾ ਉਸਤਾਦ ਜੀ ਸਿਰ ਆਪਣਾ ਕੰਧ 'ਚ ਮਾਰੋ ਵੇਖਣਾ ਮਿੰਟ 'ਚ ਠੀਕ ਹੁੰਦਾ ਉਹ ਯਾਰ ਕਿਹੜਾ ਕਿੱਥੋਂ ਤੂੰ ਮਤਲਬ ਫੜ ਲਿਆ ਯਾਰ ਤੂੰ ਅਸਲਮ ਤੂੰ ਹੱਦ ਹੁੰਦੀ ਤੁਸੀਂ ਤਾਂ ਸ਼ਗਿਰਦ ਹੋ ਗਏ ਜੇ ਇਹਨਾਂ ਦੇ ਅਦੇ ਯਾਰ ਇਹ ਸ਼ਗਿਰਦ ਹੋਇਆ ਕੀ ਅਦਬ ਕਰ ਲਿਆ ਕੀ ਗੱਲ ਮੈਂ ਭਾਈ ਜਾਨ ਕੰਮ ਕੰਮ ਮੈਂ ਚਾਹੁੰਦਾ ਜੋ ਇਹਨਾਂ ਕੋਲ ਆਇਆ ਨਾ ਮੈਨੂੰ ਮਹੀਨੇ ਡੇਢ ਮਹੀਨੇ 'ਚ ਆ ਜਾਵੇ ਜੋ ਮੇਰੇ ਕੋਲ ਆਇਆ ਤੂੰ ਲੈਣਾ ਚਾਹੁੰਦਾ ਆਹੋ ਮੈਂ ਤੈਨੂੰ ਚਾਬੀ ਦਿੰਦਾ ਆਪਣੇ ਗੁਦਾਮ ਦੀ ਉਹ 6 ਕੁਰਸੀਆਂ ਪਈਆਂ 2 ਮੇਜ਼ ਪਏ ਲੈ ਜਾ ਅੱਲਾ ਦੀ ਕਸਮ ਮੇਰੀਆਂ ਨਾ ਪੁੜਪੁੜੀਆਂ ਇੰਜ ਕਰਨ ਡਈਆਂ ਤੇ ਮੇਰੇ ਕੋਲ ਮਜ਼ਾਕ ਬਰਦਾਸ਼ਤ ਨਹੀਂ ਅੱਛਾ ਹੁਣ ਪਤਾ ਕੀ ਗੱਲ ਹੁਣ ਮੈਂ ਪ੍ਰੋਗਰਾਮ ਕਰ ਰਿਹਾ ਮੈਂ ਚਿੱਟਾ ਸਾਹਿਬ ਨਾਲ ਕੋਈ ਆਪਣਾ ਜ਼ਾਤੀ ਵੀ ਇਹਨਾਂ ਕੋਲ ਗੱਲਾਂ ਸੁਣਨੀਆਂ ਨੇ ਤੁਹਾਡਾ ਮਸਲਾ ਨਾ ਬਾਅਦ ਚੱਲ ਕਰਾਂਗੇ ਨਹੀਂ ਹੁਣ ਨਹੀਂ ਬੋਲਦਾ ਤੁਸੀਂ ਤੁਸੀਂ ਮੇਰੇ ਨਾਲ ਦੇਖਣਾ ਸਿਰਫ ਸ਼ਿਕਰ ਤੋਂ ਜਾਗਾ ਨਾ ਮੈਂ ਹੋ ਜਾਏਗਾ ਮੈਂ ਉਸਤਾਦ ਲਈ ਗਿਫਟ ਮੰਗਵਾਇਆ ਪਿਸਟਲ ਗੋਲੀਆਂ 13 ਦੀਆਂ 13 ਇੱਕੋ ਵਾਰੀ ਨਿਕਲਦੀਆਂ ਉਹ ਤੈਨੂੰ ਕਿਹਨੇ ਕਿਹਾ ਸੀ ਲਿਆ ਓਏ ਯਾਰ ਸਜਾਦ ਬੈਲਾ ਦੀ ਕਿਸਮ ਇਸ ਤਰ੍ਹਾਂ ਡਰ ਜਾਣਾ ਹੋਰ ਕੋਈ ਗੱਲ ਨਹੀਂ ਨਹੀਂ ਇੱਦਾਂ ਇਕਦਮ ਨੇ ਵੀ ਨਾ ਮੇਰੇ ਵੱਲ ਵੇਖ ਮੈਂ ਵੀ ਡਰ ਜਾਣਾ ਪਤਾ ਕੀ ਆਪਾਂ ਦੋਵੇਂ ਡਰ ਜਾਵਾਂਗੇ ਤੇ ਫਿਰ ਕੰਮ ਅੱਗੇ ਨਹੀਂ ਤੁਰਨਾ ਸਹੀ ਦੱਸੀ ਕਿੰਨੀ ਦੇਰ ਹੋਈ ਤੈਨੂੰ ਨਾਤੇ ਨੂੰ ਮੈਨੂੰ ਹਾਂ
ਢਾਈ ਤਿੰਨ ਸਾਲ ਲੱਗਦਾ ਹੋਗਾ ਤੈਨੂੰ ਬੇਟਾ ਤੂੰ ਉਸਤਾਦ ਹੋਣ ਲੱਗਾ ਤੈਨੂੰ ਮੈਂ ਦੱਸਦਾ ਕੁਆਲਿਟੀਆਂ ਖਾਨ ਸਾਹਿਬ ਜੀ ਅੱਛਾ ਹਾਂ ਰਾਜੀ ਸੁਣਾ ਦਿਓ ਫਿਰ ਬਾਅਦ ਨਹੀਂ ਯਾਰ ਤੂੰ ਤੂੰ ਹੈ ਨਹੀਂਗਾ ਤੂੰ ਸਾਡੇ 'ਚ ਹੈ ਨਹੀਂ ਆ ਜਿੰਨੀ ਦੇਰ ਮੈਂ ਗੱਲ ਕਰਨੀ ਤੂੰ ਨਹੀਂ ਹੈਗਾ ਤੂੰ ਚੁੱਪ ਕਰਕੇ ਬਹਿਣਾ ਸ਼ਕੀਰਤੀ ਤੇਰੀ ਐਂਡ ਤੇ ਮੈਂ ਕਰਾ ਕੇ ਜਾਵਾਂਗਾ ਤੇਰੇ ਨਾਲ ਵਾਅਦਾ ਰਿਹਾ ਠੀਕ ਆ ਠੀਕ ਆ ਬਦਤਮੀਜ਼ੀ ਉਹ ਵਾਅਦਾ ਕਰੇ ਜੇ ਤੂੰ ਝੂਠਾ ਨਾ ਪਵੇਂ ਮੈਂ ਨਹੀਂ ਕਰਨਾ ਸ਼ਕੀਰਤੀ ਚਲੋ ਓਕੇ ਕੋਈ ਨਹੀਂ ਮੈਂ ਹੁਣ ਟਾਈਮ ਤੇ ਕੱਢਾਂ ਨਾ ਮੈਂ ਇੰਨਾ ਟਾਈਮ ਲਾਇਆ ਪ੍ਰੋਗਰਾਮ ਕਰ ਰਹੇ ਆਹੋ ਗਲੀ ਗਲੀ ਤੋਂ ਤੂੰ ਫਿਰਨਾ ਹੁੰਦਾ ਪਤਾ ਨਹੀਂ ਲੈ ਲਾਵਾਂ ਲੀਲਾ ਜਿਹੜਾ ਆਮ ਅਵਾਰਾ ਫਿਰਦਾ ਉਹਨਾਂ ਦੀ ਰੂੜੀ ਤੋਂ ਥੋੜ੍ਹੇ ਜਿਹੇ ਪਾਲਕ ਦੇ ਪੱਤੇ ਖਾ ਥੋੜ੍ਹੇ ਜਿਹੇ ਉੱਥੋਂ ਮਰੂਦ ਦੇ ਪੱਤੇ ਖਾ ਯਾਰ ਤੁਹਾਨੂੰ ਕੀ ਤਕਲੀਫ ਆ ਮੇਰੇ ਖਾਣ ਨਾਲ ਤੁਹਾਡੇ ਪੱਲਿਓਂ ਖਾਣਾ ਮੈਂ ਨਹੀਂ ਤੈਨੂੰ ਕੀ ਤਕਲੀਫ ਆ ਅਗਰ ਮੇਰੀ ਜ਼ਰਾ ਜਿੰਨੀ ਵੀ ਹਕੂਮਤ ਨਾਲ ਕੋਈ ਸੁਰ ਹੁੰਦੀ ਨਾ ਮੈਂ ਦਫਾ ਖੁਰਾਕ ਦਿੱਤਾ ਸਵੇਰੇ 6 ਵਜੇ ਤੈਨੂੰ ਫਾਈਲ ਲਵਾ ਦੇਣਾ ਸੀ ਦਫਾ ਖੁਰਾਕ ਕਿੱਦਾਂ ਤੇਰੇ ਤਾਏ ਦਾ ਮੁੰਡਾ ਠੀਕ ਆ ਹੁਣ ਆਹੋ ਸਹੀ ਗੁੱਲੂ ਬੱਗਾ ਬੱਗਾ ਤੇ ਤੈਨੂੰ ਉਹ ਪ੍ਰੋਬਲਮ ਨਹੀਂ ਐਵੇਂ ਗੱਲ ਕਰਦਾ ਮੈਂ ਤੈਨੂੰ ਉਹਦੀ ਗੱਲ ਦੱਸਦਾ ਓਏ ਓਏ ਤੇਰੇ ਮੈਂ ਸ਼ਗਿਰਦ ਵੇਖ ਤੂੰ ਇਹਦਾ ਸ਼ਗਿਰਦ ਹੋਣਾ ਆ ਲੇਕਿਨ ਤੈਨੂੰ ਪਤਾ ਹੀ ਨਹੀਂ ਜਦੋਂ ਤੈਨੂੰ ਮੈਂ ਇਹਦੀਆਂ ਕੁਆਲਿਟੀਆਂ ਦੱਸਣੀਆਂ ਤੂੰ ਕਹਿਣਾ ਵੀ ਮੈਂ ਜਾਂ ਮਰਨਾ ਜਾਂ ਸ਼ਗਿਰਦ ਹੋਣਾ ਇਹਨੂੰ ਮਰਨਾ ਹੀ ਦਿਓ ਜੀ ਤੁਸੀਂ ਪਹਿਲੇ ਆਪਣੇ ਤਾਏ ਦੇ ਮੁੰਡੇ ਦੀ ਗੱਲ ਸੁਣ ਲਓ ਨਹੀਂ ਨਹੀਂ ਮੇਰੇ ਤਾਏ ਦਾ ਮੁੰਡਾ ਨਾ ਕਿੱਦਾਂ ਕਰਦਾ ਸੀ ਇਹਦੇ ਤਾਏ ਬੱਗਾ ਬੱਗਾ ਗੱਲ ਗੱਲ ਤੇ ਇਹ ਝੂਠ ਨਹੀਂ ਮੈਂ ਤੈਨੂੰ ਸਹੀ ਦੱਸਦਾ ਆਹੋ ਉਹ ਗਏ ਆਪਣੇ ਨਾ ਦੋਸਤ ਨਾਲ ਬੈਠਾ ਆਪਣੇ ਦੋਸਤ ਨੂੰ ਕਹਿੰਦਾ ਸਰਵਰ ਯਾਰ ਵੇਖ ਤੇ ਸਹੀ ਮੈਨੂੰ ਆਇਆ ਕੀ ਮਸਲਾ ਮੈਂ ਨਾ ਇਹ ਦੂਸਰੀ ਤੀਸਰੀ 'ਚ ਪੜ੍ਹਦਾ ਸੀ ਅਤੇ ਆ ਮੇਰਾ ਮਸਲਾ ਬੜੀ ਦੇਰ ਤੋਂ ਮੈਂ ਬੜੀਆਂ ਦਵਾਈਆਂ ਦਵਾਈਆਂ ਖਾਧੀਆਂ ਲੇਕਿਨ ਫਰਕ ਕੋਈ ਨਹੀਂ ਪਿਆ ਅਤੇ ਤੇਰੀ ਮਿਹਰਬਾਨੀ ਹੋ ਕੋਈ ਇਹਦਾ ਹੱਲ ਕੱਢ ਉਹਦਾ ਦੋਸਤ ਕਹਿੰਦਾ ਚੱਲਿਆ ਤੂੰ ਤਾਂ ਪਾਗਲ ਹੋਇਆ ਉਹ ਫਲਾਂ ਜਾ ਕੇ ਤੇ ਡਾਕਟਰ ਉਹਨੂੰ ਜਾ ਕੇ ਮਿਲ ਤੇਰਾ ਮਸਲਾ ਹੱਲ ਹੋ ਜਾਏਗਾ ਉਹ ਦੂਸਰੇ ਦਿਨ ਡਾਕਟਰ ਕੋ ਗਿਆ ਉਹਨੂੰ ਜਾ ਕਹਿੰਦਾ ਅਸਲਾਮ ਵਾਲੇਕੁਮ ਜਨਾਬ ਆ ਮੇਰਾ ਮਸਲਾ ਜੀ ਬੜੀ ਦੇਰ ਤੋਂ ਤੁਹਾਡੀ ਮਿਹਰਬਾਨੀ ਹੋ ਕੋਈ ਇਹਦਾ ਹੱਲ ਕੱਢੋ ਡਾਕਟਰ ਸਾਹਿਬ ਕਹਿੰਦੇ ਯੂ ਆਰ ਲੱਕੀ ਮੈਨ ਹਾਂ ਅੱਲਾ ਪਾਕ ਦੀ ਤੇ ਖਾਸ ਰਹਿਮਤ ਹੈ ਕਿ ਤੂੰ ਮੇਰੇ ਕੋਲ ਆ ਗਿਆ ਇਨਸ਼ਾਅੱਲਾ ਤੈਨੂੰ ਪਹਿਲੀ ਖੁਰਾਕ ਹੀ ਦੱਸ ਦੇਗੀ ਕਿ ਵਾਕਈ ਦਵਾਈ ਕਿਸੇ ਮਰਦੇ ਕਲੰਦਰ ਕੋਲ ਖਾਧੀ ਹੈ ਮੈਂ ਤੈਨੂੰ ਪਰਚੀ ਬਣਾ ਕੇ ਦਿੰਦਾ ਉਹ ਡਿਸਪੈਂਸਰ ਕੋਲ ਜਾ ਕੇ ਦਵਾਈ ਲੈ ਲਾ ਉਹ ਪਰਚੀ ਚੁੱਕ ਕੇ ਡਿਸਪੈਂਸਰ ਨੂੰ ਜਾ ਕਹਿੰਦਾ ਅਸਲਾਮ ਵਾਲੇਕੁਮ ਜਨਾਬ ਡਾਕਟਰ ਸਾਹਿਬ ਉਹਨਾਂ ਨੇ ਪਰਚੀ ਬਣਾਈ ਹੈ ਤੁਸੀਂ ਦਵਾਈ ਬਣਾ ਦਿਓ ਅਗਰ ਉਹ ਡਿਸਪੈਂਸਰ ਕਹਿੰਦਾ ਸਾਡੇ ਡਾਕਟਰ ਸਾਹਿਬ ਹੋਣਾ ਕੋ ਪਾਕਿਸਤਾਨ ਤੋਂ ਹਟ ਕੇ ਵੀ ਡਿੱਗ ਰਹੀਆਂ ਹੈ ਤੁਸੀਂ ਇਨਸ਼ਾਅੱਲਾ ਦਵਾਈ ਸ਼ੁਰੂ ਕਰੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਵਾਕਈ ਦਵਾਈ ਕਿਸੇ ਮਰਦੇ ਕਲੰਦਰ ਕੋ ਖਾਧੀ ਹੈ ਖੈਰ ਦਵਾਈ ਲੈ ਕੇ ਚਲੇ ਗਿਆ ਦੂਸਰੇ ਦਾ ਦੋਸਤ ਕਹਿੰਦਾ ਗਿਆ ਸੀ ਡਾਕਟਰ ਕੋ ਕਹਿੰਦਾ ਡਾਕਟਰ ਸਾਹਿਬ ਹੋਣਾ ਕੋ ਮੈਂ ਗਿਆ ਉਹਨਾਂ ਨੇ ਮੈਨੂੰ ਦਵਾਈ ਦਿੱਤੀ ਲੈ ਕੇ ਮੈਂ ਆ ਗਿਆ ਤਿੰਨੇ ਕੁਆਲਿਟੀਆਂ ਆ ਗਈਆਂ ਉਹਦੇ 'ਚ ਵਾਹ 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 ਖਾਨ ਸਾਹਿਬ ਖਾਨ ਸਾਹਿਬ ਇਹ ਨਾਜ਼ਰੀਨ ਉਹ ਆਰਟਿਸਟ ਆ ਜਿਹਨੂੰ ਨਜ਼ਰ ਤਾਂ ਮੈਂ ਨਹੀਂ ਦੇ ਸਕਦਾ ਇਹ 'ਚ ਨਜ਼ਰ ਪਾ ਲਓ ਕੁਛ ਹੈਗਾ ਵੀ ਆ ਖਾਨ ਸਾਹਿਬ 1,000 ਰੁਪਇਆ ਇਹ 500 ਰੁਪਇਆ ਤੁਸੀਂ ਇਹਦੇ 'ਚ ਤੁਹਾਡਾ ਹੋ ਗਿਆ ਇੱਕ ਹੋਰ ਇੱਦਾਂ ਦੀ ਅੱਛੀ ਗੱਲ ਸੁਣਾਓ 500 ਹੋਰ 1,000 ਤੁਹਾਡਾ ਇਹ ਪਿਆ 500 ਰੁਪਈਆ ਮੈਂ ਵੀ ਦੇਣਾ ਇਹਨਾਂ ਦਾ ਪਹਿਲਾ ਨਹੀਂ ਨਹੀਂ ਇਹ ਇਹਨਾਂ ਨੂੰ ਮੈਂ ਨਾਮ ਦੇਣਾ ਬਸ ਫਲਸ਼ 'ਚੋਂ ਗੇਂਦ ਕੱਢ ਦੇਣੀ ਕਿਸੇ ਗੰਦੀ ਨਸਲ ਦੇ ਛਾਪਰਾ ਖਾਧਰ ਕੋ ਕੀ ਹੈਗਾ ਛਾਪਰ ਹਾਂਜੀ ਉੱਥੇ ਛਾਪਰ ਦੀ ਜ਼ਰੂਰਤ ਆ ਮੈਂ ਕਿਹੜਾ ਫਰਿੱਜ 'ਚੋਂ ਫਰੂਟ ਕੱਢਣਾ ਆਹੋ ਇਹ ਗੱਲ ਸਹੀ ਹੈ ਸਹੀ ਗੱਲ ਹੈ ਲਓ ਜੀ ਖਾਨ ਸਾਹਿਬ ਇੱਕ ਆਈਟਮ ਹੋਰ ਇੰਜ ਦੀ ਹੈਲੋ ਖਾਨ ਸਾਹਿਬ ਜਿਹੜੀ ਮੈਂ ਗੱਲ ਕਹਿ ਰਿਹਾ ਤੁਸੀਂ ਮੇਰੇ ਹਾਲ ਉੱਧਰ ਗੌਰ ਨਹੀਂ ਕਰ ਰਹੇ ਮਸੱਲੜਾਂ ਅਸੀਂ ਤੁਹਾਡੀ ਦੁਆ ਨਾਲ ਸਿਆਣੇ ਕਹਿੰਦੇ ਹੁੰਦੇ ਆ ਜਦੋਂ ਵੀ ਕੋਈ ਗੱਲ ਕਰੀਏ ਉਹਦੇ ਨਾਲ ਇਹ ਹੁੰਦਾ ਬਈ ਖਾਨ ਸਾਹਿਬ ਮੈਂ ਕਹਿ ਰਿਹਾ ਉਹ ਯਾਰ ਮੈਂ 41 ਚੈਨਲ 24 ਚੈਨਲ ਮੈਂ ਅਲਾਨੀਆਂ ਕਹਿ ਰਿਹਾ ਮੇਰਾ ਆਪਣਾ ਚੈਨਲ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਕੋਈ ਮਤਲਬ ਮੈਨੂੰ ਦਿੰਦੇ ਨਹੀਂ ਮੇਰਾ ਆਪਣਾ ਘਰ ਵਾਲਾ ਮੇਰੇ ਘਰ ਵਾਲਾ ਹਿਸਾਬ ਆ ਠੀਕ ਆ ਮੇਰੇ ਨਾਲ ਇੰਨੀ ਉਹਨਾਂ ਨੇ ਪਿਆਰ ਕੀਤਾ ਇੰਨੀ ਮੱਬਾ ਜੋ ਮਰਜ਼ੀ ਕਰਾਂ ਉਹ ਚਲਾ ਦਿੰਦੇ ਹੋ ਇਹ ਨਹੀਂ ਕਹਿੰਦੇ ਵੀ ਜੇ ਵੋ ਮੈਂ ਜਿੱਥੇ ਮਰਜ਼ੀ ਬਹਿ ਕੇ ਭਾਵੇਂ ਮੈਂ ਦੇਖੋ ਨਾ ਹੁਣ ਵੀ ਮੈਂ ਇਸ ਚਿਹਰੇ ਨੂੰ ਜੋ ਟੀਵੀ 'ਤੇ ਲਿਆ ਰਿਹਾ ਤੂੰ ਮੈਨੂੰ ਨਹੀਂ ਕਹਿ ਰਹੇ ਕੁਛ ਇਸ ਤੋਂ ਵੱਡੀ ਉਹਨਾਂ ਦੀ ਕੀ ਮੇਰੇ 'ਤੇ ਮਿਹਰਬਾਨੀ ਹੋਏਗੀ ਕਈਆਂ ਦੇ ਟੀਵੀ ਸੁਣਨੇ ਹਾਂ ਦੇਖੋ ਨਾ ਗੱਲ ਸੁਣੋ ਤੇਰੇ ਇਲਾਕੇ 'ਚ ਸਭ ਤੋਂ ਮਹਿੰਗਾ ਫਰੂਟ ਜਿਹੜਾ ਬੇਰ ਆ ਬੇਰ ਆਏ ਦਰੁਸਤ ਆਏ ਬੇਟੇ ਲੈਮੀਨੇਸ਼ਨ ਹੋਇਆ ਹੁੰਦਾ
ਸਹੀ ਗੱਲ ਆ ਸਿਆਣੇ ਸੱਚ ਹੀ ਕਹਿੰਦੇ ਆ ਕੀ ਆਪਣੇ ਸਿਆਣਿਆਂ ਨੂੰ ਕੁਛ ਮਰ ਗਿਆ ਕਹਿੰਦਾ 500 ਤੁਹਾਨੂੰ ਆ ਗਿਆ 100 ਮੇਰੇ ਖੱਟ ਦੇ 100 ਆ ਗਿਆ ਜੀ ਅਭੀ 500 ਇਸਮੇ ਸੇ ਔਰ ਮੈਨੇ ਆਪਕੋ ਦੇਣਾ ਹੁਣ ਇਹਦੇ ਵਿੱਚ ਕੁੱਲ ਕਿੰਨੇ ਮੈਂ ਉਨੀਆਂ ਆਈਟਮਾਂ ਸੁਣਾ ਦਿੰਦਾ ਇਹਦੇ 'ਚ ਹਾਂ ਖਾਨ ਸਾਹਿਬ ਇਹਦੇ 'ਚ ਬਸ ਇਹ ਜਿਹੜਾ ਪਰੇ 20 ਰੁਪਏ ਉਹ ਵੀ ਇੱਧਰ ਰੱਖਣਾ ਉਹਦਾ ਕੀ ਸੁਣਾਓਗੇ ਕਰ ਦਾਂਗਾ ਖਾਨ ਸਾਹਿਬ ਇਹ 'ਚੋਂ ਨਾ ਮੈਂ ਤੁਹਾਨੂੰ 500 ਦੇਣਾ ਉਹ 'ਚ 500 ਮੇਰੇ ਕੋਲ ਵੱਜ ਜਾਣਾ ਉਹ 500 ਦਾ ਫਿਰ 20 ਰੁਪਏ 'ਚ ਕਰ ਲਾਂਗੇ ਆ ਲਓ ਇਹ ਪਿਆ ਚਲੋ ਜੀ ਕੋਈ ਹੋਰ ਗੱਲ ਇੱਥੇ ਗੁਲਾਮਾਬਾਦ ਨਾ ਸਾਡੇ ਮੈਨੂੰ ਕੀ ਦੱਸਣ ਦੇ ਆ ਉੱਧਰ ਦੱਸੋ ਓਏ ਬਕਵਾਸ ਨਾ ਕਰੀ ਯਾਰ ਕੀ ਨਹੀਂ ਨਹੀਂ ਮੇਰਾ ਉਹਦਾ ਸ਼ੁਗਰ ਹੋਰ ਤੇ ਕੋਈ ਸ਼ੁਗਰ ਕਾਹਦਾ ਸ਼ੁਗਰ ਕਾਹਦਾ ਅੱਲਾ ਦੀ ਕਸਮ ਇਹਨਾਂ ਦਾ ਮੂੰਹ ਵੇਖ ਕੇ ਮੇਰਾ ਦਿਲ ਕਰਦਾ ਮੈਂ ਗਟਰ 'ਚ ਉਤਰ ਜਾਵਾਂ ਗਾਰੇ 'ਚੋਂ ਮੈਂ ਬੈਂਟੇ ਲੱਭਾਂ ਠੀਪੇ ਲੱਭਾਂ ਤੋਬਾ ਪਾਗਲ ਦੇ ਬੱਚੇ ਯਾਰ ਰਹਿਣਾ ਕਿਰਾਏ 'ਤੇ ਆ ਸ਼ੌਕ ਨਵਾਬਾਂ ਵਾਲੇ ਤੇਰਾ ਦਿਲ ਨਹੀਂ ਕਰਦਾ ਕਿ ਮਤਲਬ ਤੇਰੇ 'ਤੇ ਉਲਟੀਆਂ ਕਰਨ ਲੋਕ ਉਹ ਤੋਂ ਵਾਸਤਖਬਾਰ ਕਿਉਂ ਜੀ ਐਵੇਂ ਗੱਲਾਂ ਉਲਟੀਆਂ ਸਿੱਧੀਆਂ ਕਰਨ 'ਚ ਕੁਛ ਲੱਭਦਾ ਯਾਰ ਮੈਂ ਗੱਲ ਮੈਂ ਦੱਸ ਰਿਹਾ ਸੀ ਇੱਥੇ ਖੁਸਰਾ ਉਹ ਹੈਗਾ ਖੰਡਾ ਅੱਛਾ ਉਹਦਾ ਇੱਕ ਸਾਈਡ ਤੋਂ ਬੁੱਲ ਪਾਟਾ ਜਿਵੇਂ ਮਰੂਦ 'ਤੇ ਪੈਰ ਨਹੀਂ ਆਇਆ ਹੁੰਦਾ ਜੀ ਕਰਕੇ ਹੁਣ ਉਹ ਗਾਣਾ ਗਾ ਰਿਹਾ ਪਿੱਛੇ ਜੇ ਗਾਣਾ ਇੱਕ ਮਸ਼ਹੂਰ ਹੋਇਆ ਸੀ ਤੇਰੀਆਂ ਰਾਵਾਂ ਸੋਹਣਿਆਂ ਤੱਕ ਕੇ ਰਹਿ ਗਈਆਂ ਆ ਜਾ ਦਿਲ ਦਿਆ ਜਾਨੀਆਂ ਲਿਆ ਬਈ ਅਰੇ 250 ਵਾਲਾ ਖਾਨ ਸਾਹਿਬ 250 ਹੋਰ ਹਲੇ ਖੁਸਰਾ ਲੈਣ ਜਾਓ 3000 ਤੋਂ ਉੱਤੇ ਆਉਂਦਾ ਖਾਨ ਸਾਹਿਬ ਇੱਦਾਂ ਦਾ ਖੁਸਰਾ ਦਿਲ ਕਰਦਾ ਪਹਿਲੇ ਵੀ ਖੋਲ ਉਹਦੇ ਕੋ ਨਹੀਂ ਔਰ ਖੁਦਾ ਦੀ ਕਸਮ ਗੱਲ ਪਤਾ ਸਜਾਦ ਇਹਨੂੰ ਗੱਲ ਝੂਠ ਨਾ ਸਮਝੀ ਮੇਰੇ ਵਰਗੇ ਪਿੰਡਾਂ 'ਤੇ ਖੁਸਰੇ ਨਾ ਚੌਧਰੀਆਂ ਦੇ ਮੁੰਡਿਆਂ ਦੇ ਵਿਆਹ ਤੋਂ 3 ਦਿਨ ਪਹਿਲੇ ਪਿੰਡੋਂ ਕੱਢ ਦਿੰਦੇ ਤੂੰ 2 ਹਫ਼ਤੇ ਇੱਧਰ ਨਹੀਂ ਆਉਣਾ ਇਸ ਮਸੀਂ ਮਸੀਂ ਸਾਡਾ ਰਿਸ਼ਤਾ ਹੋਇਆ ਅੱਛਾ 13 ਮਤਲਬ 250 ਤੁਹਾਡਾ ਇਹਦੇ 'ਚ ਹੋ ਗਿਆ ਇਹ 'ਚੋਂ 250 ਤੁਹਾਡਾ ਹੋ ਗਿਆ 250 ਤੁਸੀਂ ਹੋਰ ਦੇਣਾ ਉਸ ਤੋਂ ਬਾਅਦ ਪੈਸਿਆਂ ਦੇ ਲੋਕ ਲੱਗ ਜਾਣਾ ਫਿਰ ਮੈਂ ਮੁਫ਼ਤ ਸੁਣਨੀਆਂ ਨੇ ਮੈਂ ਜੋ 100-100 ਕਰਕੇ ਹਰ ਗੱਲ 'ਤੇ ਦੇਵਾਂ ਤਾਂ ਮੈਂ ਇੱਕੋ ਵਾਰੀ ਦੇ ਦੇਣਾ ਤੁਹਾਨੂੰ ਤਾਂ ਕਿ ਤੁਸੀਂ ਈਜ਼ੀ ਹੋਵੋ ਅਗਲੀ ਆਈਟਮ ਸੁਣਾਓ ਮੈਡਮ ਨੇ ਗਾਇਆ ਮੈਨੇ ਹਰ ਕਾਂਟਾ ਤੇਰੀ ਰਾਹ ਕਾ ਪਲਕੋ ਸੇ ਚੁਨਾ ਲੋਕ ਕਹਿਤੇ ਮੈਂ ਸ਼ਰਾਬੀ ਹੂੰ ਤੁਮਨੇ ਵੀ ਸ਼ਾਇਦ ਯਹੀ ਸੋਚ ਲਿਆ ਇਹਦੇ ਮੈਂ ਇਹਨਾਂ ਨੂੰ ਦੱਸ ਬੈਠਾ ਕਿ ਸਜਾਦ ਸ਼ੇਖ ਆ ਤੇ ਮੈਂ ਇਹਨਾਂ ਦੇ ਲੋਕ ਕਹਿਤੇ ਖੁਦਾ ਦੀ ਕਸਮ ਇਸ ਤੇ ਨਾਂ ਦੇ ਮਰਾਸੀ ਹੈ ਮੈਂ ਸ਼ਰਾਬੀ ਹੂੰ ਵਾਵਾ ਹੀ ਚਸਕੋਲਾ ਮਾਇੰਡ ਬਣਿਆ ਮੇਰੇ ਭਰਾ ਦਾ ਕਿਸੇ ਪੇ ਹੁਸਨ ਕਾ ਗੁਰੂਰ ਮੈਂ ਕਦੀ ਕੀਤਾ ਹੀ ਨਹੀਂ ਜਵਾਨੀ ਕਾ ਨਸ਼ਾ ਹੈਨਾ ਨਸ਼ੇ ਮੇ ਕੌਣ ਨਹੀਂ ਹੈ ਮੁਝੇ ਬਤਾਓ ਜ਼ਰਾ ਨਸ਼ੇ ਮੇ ਕੌਣ ਨਹੀਂ ਹੈ ਇਹ 50 ਤੁਹਾਡੇ ਲੋ ਮੈਨੂੰ ਆ ਗਈ ਨਜ਼ਰ ਫਿਰ ਤੁਹਾਡੇ ਤਾਂ ਕਾਫਰ ਨੇ ਕਿਹਾ ਲੈ ਲਾ ਯਾਰ ਮੈਂ ਆਪੇ ਜਦੋਂ ਮੈਂ ਦੇ ਐਡਾ ਆਪ ਖੁਦਰਾ ਗੁਰੂ ਕਰ ਮੈਂ ਥੱਪੜ ਮਾਰ ਕੇ ਮੋਰਾ ਹਲਾ ਦੇ ਯਾਰ 50 ਆ ਗਏ ਤੁਹਾਡੇ ਮੈਂ ਉਹ ਵੀ ਜਿੱਤਨੇ ਹਲੇ ਮੇਰੇ ਮੂੰਹ ਨੂੰ ਮੈਂ ਤੁਹਾਡੀ ਇੱਜ਼ਤ ਕਰਦਾ ਮੈਂ ਤੁਹਾਨੂੰ ਦੱਸਾਂ ਬਹੁਤ ਅਦਬ ਕਰਦਾ ਮੈਂ ਤੁਹਾਡਾ ਇਹ ਮੇਰੀ ਗੱਲ ਯਾਦ ਰੱਖਣਾ ਮੈਂ ਵੱਡਿਆਂ ਦੀ ਜਗ੍ਹਾ ਸਮਝਦਾ ਤੁਹਾਨੂੰ ਜਿਹੜੇ ਵੇਖ ਰਹੇ ਨਾ ਅਦਬ ਸਿੱਖ ਲਓ ਇਸ ਤਰ੍ਹਾਂ ਕਰਿਆ ਕਰੋ ਵੱਡਿਆਂ ਦਾ ਤੁਸੀਂ ਸਿਰਫ ਆਰਡਰ ਲਾਉਣਾ ਉਹਦੀ ਜ਼ਬਾਨ ਨਾਲ ਮੈਂ ਆਰਡਰ ਲਾਤਾ ਜੀ ਮੈਂ ਕਿਹਾ 2 ਚਾਵਾਂ ਤੇ ਲਿਆਓ ਤੁਸੀਂ ਮੇਰੇ ਸੀਨੀਅਰ ਹਾਂ ਮੇਰੇ ਉਸਤਾਦ ਹਾਂ ਤੁਸੀਂ ਮੈਂ ਤੁਹਾਨੂੰ ਦੱਸਾਂ ਅਤੇ ਮੈਂ ਤੁਹਾਡੀ ਕਰਦਾ ਇੱਜ਼ਤ ਅੱਧੀ ਜ਼ਬਾਨ ਨਾਲ ਤੁਸੀਂ ਜਿਹੜੀ ਗੱਲ ਕਹਿਣੀ ਮੈਂ ਉਸੇ ਟਾਈਮ ਨਾ ਕਰਾਂ ਅਤੇ ਕਹਿਣਾ ਮੇਰਾ ਪਿਓ ਕੋਈ ਨਹੀਂ ਮੇਰੇ ਉਸਤਾਦ ਨੂੰ ਜਿਹੜਾ ਉੱਥੋਂ ਫੜਦਾ ਮੇਰਾ ਦਿਲ ਨਹੀਂ ਤਾਂ ਉਹਨੂੰ ਵੱਢ ਦਵਾਂ ਇੱਧਰ ਦੇ ਮੈਂ ਤੁਹਾਨੂੰ ਦੱਸਾਂ ਨਾ ਉਸਤਾਦ ਜੀ ਖੁਦਾ ਦੀ ਕਿਸਮ ਮੇਰਾ ਦਿਲ ਕਰਦਾ ਮੈਂ ਵੱਢ ਦੇਵਾਂ ਜਿਹੜਾ ਮੇਰੇ ਉਸਤਾਦ ਨਾਲ ਇੰਝ ਕਰੇਗਾ ਮੈਂ ਵੱਢ ਦੇਣਾ ਉਹਨੂੰ ਮੇਰੀ ਸੁਣ ਲਾ ਗੱਲ ਮੈਂ ਪਿਓ 'ਚ ਅਤੇ ਆਪਣੇ ਤੈਨੂੰ ਪਿਓਆਂ ਦੀ ਬਜਾਅ ਸਮਝਦਾ ਪਿਓਆਂ ਦੀ ਜਗ੍ਹਾ 'ਤੇ ਸਮਝ ਆ ਰਹੀ ਗੱਲ ਦੀ ਆਰਡਰ ਤੂੰ ਲਾਉਣਾ ਅਤੇ ਤੂੰ ਦੇਖੀ ਮੈਂ ਤੇਰੀ ਗੱਲ ਮੰਨਦਾ ਕਿੱਦਾਂ
ਇਸ ਭਾਈ ਜਾਨ ਸੀਨਾ ਉਹ ਕਿਸੇ ਦਾਦੜ ਫਾਦੜ ਫੈਮਿਲੀ ਦੇ ਤਾਜੀ ਸ਼ਹਿਜ਼ਾਦੇ ਆਦਮੀ ਉਹ ਬਾਹਰ ਜਿਹੜੀ ਚਿੱਟੀ ਗੱਡੀ ਖਲੋਤੀ ਹੈ ਹਾਂ ਇਹਨਾਂ ਨੇ ਸਾਫ਼ ਕੀਤੀ ਹਾਂ ਉਹ ਚਲੋ ਚਲੋ ਉਹ ਤਾਂ ਮੇਰਾ ਛੋਟਾ ਆਇਆ ਸੀ ਮੈਂ ਤਾਂ ਪਰੇ ਕੀਤੀ ਹੈ ਉਹ ਅਸੀਂ ਵੀ ਮਰਨਾ ਅਸੀਂ ਨਹੀਂ ਝੂਠ ਬੋਲਦੇ ਸੱਚੀ ਮੁੱਚੀ ਦਾ ਵਾਕਿਆ ਹੁਣ ਤੁਸੀਂ ਇਹਨੂੰ ਮਜ਼ਾਕ ਨਾ ਸਮਝਣਾ ਨਹੀਂ ਜਾਨ ਨਾ ਸਜਾਦ ਨਹੀਂ ਜੀ ਸੱਚੀ ਸੱਚੀ ਲਾਰੀ ਏਡੇ ਲਾਰੀ ਏਡੇ ਨਾ ਇੱਕ ਹਾਕਰ ਸੀ ਹਾਂ ਸਾਰੀ ਦਿਹਾੜੀ ਸਾਰੀ ਦੀ ਹਾਕਰਾਂ ਦਾ ਜੋ ਹੁੰਦਾ ਟੋਬਾ ਗੋਜਰਾ ਪੈਸਾ ਘਵਾਟੇ ਹੈ ਹੈ ਟੋਬਾ ਗੋਜਰਾ ਪੈਸਾ ਘਵਾਟੇ ਹੈ ਟੋਬਾ ਗੋਜਰਾ ਪੈਸਾ ਘਵਾਟ ਪੈਸਰਾ ਘਵਾਟ ਇਹਨਾਂ ਦੀ ਗੱਡੀਆਂ ਨਾ ਉੱਥੇ ਲੱਗੀਆਂ ਸੀ ਹਾਂ ਹੁਣ ਇਸ ਤਰ੍ਹਾਂ ਆਵਾਜ਼ਾਂ ਲਾ ਲਾ ਕੇ ਨਾ ਉਹਦੀ ਆਵਾਜ਼ ਪੱਕੀ ਆ ਟੋਬਾ ਗੋਜਰਾ ਪੈਸਾ ਘਵਾਟੇ ਹਾਂ ਉਹਦਾ ਪਿਓ ਮਰ ਗਿਆ ਅੱਛਾ ਤੇ ਉਹ ਕਹਿੰਦਾ ਵੀ ਇਸੇ ਰੂਟੀਨ ਨਾਲ ਦੇ ਰਿਹਾ ਕਲਮਾ ਸ਼ਾਹ ਤੇ ਮੈਂ ਝੂਠ ਬੋਲਦਾ ਨਹੀਂ ਉਹ ਫਿਰ ਕਿੱਦਾਂ ਕਿਹੜੇ ਟੋਬਾ ਗੋਜਰਾ ਪੈਸਾ ਘਵਾਟੇ ਅੱਬਾ ਮਰ ਗਿਆ ਤੇ ਜਨਾਜ਼ੇ ਤੇ ਕਿੱਦਾਂ ਵਾਜ਼ ਆ ਰਿਹਾ ਉਹ ਯਾਰ ਤੂੰ ਗਜਨੀ ਆ ਯਾਰ ਤੇਰੇ ਆਪਣਾ ਪੁੱਠੇ ਆਦੀ ਵੱਜਣੀ ਹੈ ਤੈਨੂੰ ਮੈਂ ਕਹਿ ਰਿਹਾ ਵੀ ਉਸੇ ਰੂਟੀਨ ਨਾਲ ਕਹਿ ਰਿਹਾ ਕਲਮਾ ਸ਼ਾਹ ਤੇ ਇਹਦੇ ਛੋਟੇ ਭਰਾ ਨੇ ਵੀ ਉਸੇ ਜਨਾਜ਼ੇ ਦੇ ਛਿੱਤਰ ਖਾਧੇ ਕਿੱਦਾਂ ਉਹ ਕੱਦ ਦਾ ਛੋਟਾ ਤਿੰਨ ਪਾਸੇ ਜਨਾਜ਼ਾ ਇੱਕੋ ਜਿਹਾ ਜਿੱਧਰੋਂ ਇਹਦੇ ਭਰਾ ਨੇ ਕੰਧਾ ਦਿੱਤਾ ਉੱਧਰੋਂ ਮਈਅਤ ਨਹੀਂ ਵੀ ਤਰੀਖ ਹੀ ਪੁੱਠੀ ਕਰਤੀ ਮਰੇ ਬੰਦੇ ਨੂੰ ਧਰਨ ਪੈ ਗਈ ਉਹ ਮਰੋ ਬਾਈ ਗਜ਼ ਦੀ ਨਾਲੀ ਕਿੰਨੀ ਦੇਰ 'ਚ ਕੱਢ ਲਓਗੇ ਪਹਿਲੇ ਤਾਂ ਨਹੀਂ ਬਣੀ ਯਾਰ ਅੱਲਾ ਦੀ ਕਸਮੇ ਮੈਂ ਸਮਝਿਆ ਪਤਾ ਨਹੀਂ ਕਿਆ ਲੱਗਾ ਮੈਂ ਨਾ ਚਰੇ ਚਪੇੜ ਮਾਰਨੀ ਕੀ ਅੱਗੋਂ ਤੂੰ ਖੁਦਾ ਦੀ ਕਸਮੇ ਫੌਰਨ ਮਜ਼ਦੂਰ ਹੋ ਜਾਂਦਾ ਮਨ ਤੂੰ ਅੰਦਰੋਂ ਉਹਦੀ ਮੰਨਦਾ ਵੀ ਆ ਮੰਨਦਾ ਮੁੰਨਦਾ ਨਹੀਂ ਅਸਲ 'ਚ ਨਾ ਉਹਨੂੰ ਕਿਸੇ ਨੇ ਦੱਸਿਆ ਕਿ ਮੇਰਾ ਪੜ੍ਹੀ ਲਿਖੀ ਫੈਮਿਲੀ ਨਾਲ ਤਾਲਕ ਆ ਅੱਛਾ ਮੇਰੇ ਅਬਾਓ ਜਦਾਦ ਸਾਰੇ ਸਾਇੰਸਦਾਨ ਹੋਇਆ ਚੀਜ਼ਾਂ ਆਜ਼ਾਦ ਕੀਤੀਆਂ ਅੱਛਾ ਬਾਈ ਬਾਈ ਮੀਟਰ ਦੀ ਨਾਲੀ ਤੂੰ ਕਿੰਨੀ ਦੇਰ 'ਚ ਕੱਢ ਲਏਗਾ ਜੇ ਤਾਂ ਹੈਲਪਰ ਹੋਣ ਮੇਰੇ ਨਾਲ ਦੋ ਤਿੰਨ ਫਿਰ ਦੋ ਦਿਨ ਦਰਕਾਰ ਆ ਤੇ ਜੇ ਅੱਛਾ ਇੱਕ ਗਟਰ ਫਸਿਆ ਪਿਛਲੇ 15 ਦਿਨ ਤੋਂ ਤੇ ਤੂੰ ਉਹਨੂੰ 8-10 ਬੰਦੇ ਕੱਢਣ ਆਏ ਨੇ ਲੇਕਿਨ ਮੈਂ ਤੇਰਾ ਦੱਸਿਆ ਕਿ ਅਸਲਮ ਕਹਿੰਦਾ ਮੈਂ ਸਭ ਤੋਂ ਜਲਦੀ ਕੱਢਾਂਗਾ ਤੂੰ ਕਿੰਨੀ ਦੇਰ 'ਚ ਉਹਨੂੰ ਗਟਰ ਕੱਢ ਲਾ ਇਲਾਕਾ ਕਿਹੜਾ ਇਸਲਾਮਾਬਾਦ ਹੀ ਹੈ ਆਦਮ ਚੌਕ ਪੂਰੀ ਗਲੀ ਦਾ ਪੈਪ ਗਲਿਆ ਉਹਨੂੰ ਹੱਥ ਨਾ ਪਾਈ ਭੈਣਾ ਇਹਦੇ 'ਚ 300 ਰੁਪਏ ਵਾਲੇ ਤੁਹਾਡਾ ਰਹਿੰਦਾ ਤੁਹਾਡੀ ਰਿਆਜ਼ੀ ਮੇਰਾ ਖਿਆਲ ਦਰੁਸਤ ਨਹੀਂ ਹੋ 100 ਸੀ 200 ਹੁਣ ਕੁਦਰਤੀ ਪਿਆ ਉਹ ਤੂੰ ਇੱਕ ਫਿੱਕੀ ਗੱਲ ਪਿੱਛੇ ਕੀਤੀ ਨਾ 100 ਕੱਟਿਆ ਗਿਆ ਭੈਣ ਨਾਲ ਨਾਲ ਹਿਸਾਬ ਹੋ ਰਿਹਾ ਤੁਹਾਡੀ ਜੇਬ 'ਚ 500 ਚਲਾ ਗਿਆ ਤੁਹਾਨੂੰ ਇੱਧਰਲੇ ਗੁਰਦੇ ਨੂੰ ਸਕੂਨ ਨਹੀਂ ਮਹਿਸੂਸ ਹੋ ਰਿਹਾ ਕਸਮਾ ਕਰਾ ਰਹੀ ਹੁਣ ਠੰਡ ਮੈਨੂੰ ਘੱਟ ਗਈ ਹੈ ਘੱਟ ਗਈ ਹੈ ਨਾ ਇੱਧਰ ਤੇਰਾ ਗੁਰਦਾ ਤੇ ਉੱਧਰ ਉਹ ਬੈਠਾ ਉਹਨੂੰ ਨਹੀਂ ਮਹਿਸੂਸ ਹੋ ਰਿਹਾ ਉਹਦਾ ਵੀ ਉਹਨੂੰ ਇਹ ਦੱਸਣਾ ਵੀ ਨਹੀਂ ਕਿ ਉਹਦੇ ਕੋਲ 500 ਆ ਉਹਨੇ ਮੇਰੇ ਕੋਲ ਰਸਤੇ 'ਚ ਖੋ ਲੈਣੇ ਆ ਸ਼ਗਿਰਦ ਨੇ ਸ਼ਗਿਰਦ ਤੇ ਬੜਾ ਬਦਤਮੀਜ਼ ਹੈ ਸਾਜੀ ਇੱਕ ਗੱਲ ਹੋਰ ਸੁਣਾਓ 500 ਫਿਰ ਤੁਸੀਂ 1000 ਲੈ ਕੇ 500 ਮੈਨੂੰ ਦੇ ਦੇਣਾ ਲਓ ਉਹ ਬਦਮਾਸ਼ ਅਲੀ ਮਹੱਲੇ ਦਾ ਬਦਮਾਸ਼ ਲਓ ਜੀ ਇਹ ਜਿਹੜੇ ਗਲੀਆਂ ਮਹੱਲਿਆਂ ਵਿੱਚ ਬਦਮਾਸ਼ ਹੁੰਦੇ ਆ ਮੈਂ ਦਾਦਾ ਨਾਦਰੀ ਨੇ ਦੇਖੋ ਇੱਕ ਗੱਲ ਆ ਗਲੀਆਂ ਮਹੱਲਿਆਂ 'ਚ ਬਦਮਾਸ਼ ਹੁੰਦੇ ਨਾ ਉਹ ਬਦਮਾਸ਼ ਦਾ ਜਿਹੜਾ ਵਾਕਿਆ ਸੁਣਨਾ ਇਹਦੇ ਕੋਲ 200 ਰੁਪਏ ਦੀ ਖਾਤਰ ਬੱਚਾ ਮਿਹਨਤ ਕਰੇਗਾ ਤਾੜੀਆਂ ਮਾਰ ਦਿਓ ਸ਼ਾਬਾ ਵੀ ਸ਼ਾਬਾ ਜਵਾਨਾ ਮੈਂ ਤੇਰਾ ਦੋਸਤ ਹਾਂ ਤੇਰਾ ਬਾਂਦਰ ਆ ਪਹਿਲੇ ਤਾੜੀ ਮਰਵਾ ਦੀ ਇਹਨੇ ਸਹੁਰਿਆਂ 'ਤੇ ਜਾਣਾ ਬੰਦੇ ਦੇ ਪੁੱਤਰਾਂ ਵਾਲੀ ਗੱਲ ਕਰ ਲਓ ਜੀ ਖਾਨ ਸਾਹਿਬ ਬਦਮਾਸ਼ ਮਹੱਲੇ ਦਾ ਬਦਮਾਸ਼ ਸੁਣੋ ਜੀ ਮੇਨ ਪੈਪ ਬੰਦ ਹੋਵੇ ਡੱਕਾ ਲੱਗਾ ਹੋਵੇ ਉਹਦਾ ਕੀ ਹੱਲ ਹੈ ਤੈਨੂੰ ਰੋਕ ਯਾਰ ਕਿਹੜੇ ਕੰਮ ਲੱਗਾ ਯਾਰ ਗੱਲਾਂ ਕਰਦਾ ਪੈਪ ਗੰਦ ਯਾਰ ਤੈਨੂੰ ਚੂੜਾ ਲੱਗਦਾ ਤੈਨੂੰ ਕੁਛ ਕਹੋ ਚੱਲ ਕੋਈ ਗੱਲ ਨਹੀਂ ਸ਼ਰਮ ਕਰ ਹਾਂ ਕੋਈ ਗੱਲ ਨਹੀਂ ਚੱਲ ਛੱਡ ਕੁੰਡੀ ਵਾਲਾ ਤਰੀਆ ਹੈਗਾ ਯਾਰ ਮੈਂ ਤੈਨੂੰ ਕਹਿ ਰਿਹਾ ਕਿ ਉਹਨੇ ਭਾਵੇਂ ਤੁਸੀਂ ਬਿਲਕੁਲ ਸਹੀ ਆ ਤੁਸੀਂ ਬਿਲਕੁਲ ਸਹੀ ਕਰ ਰਹੇ ਇਹਦੇ ਨਾਲ ਕੁੰਡੀ ਵਾਲਾ ਸਰੀਆ ਅੱਛਾ ਫੇਰ ਸਾਦਾ ਸਰੀਆ ਨਹੀਂ ਨਿਕਲਦਾ ਮੱਤ ਵੱਜ ਗਈ ਤੁਹਾਡੀ ਸਾਰੀ ਕਾਹ ਤੇ ਸੁਣ ਇੱਕ ਮਿੰਟ ਗੱਲ ਸੁਣ ਅੱਛਾ ਮੇਰੀ ਗੱਲ ਸੁਣ ਇਹ ਨਿਸ਼ਾਤਾਬਾਦ ਦੇ ਕੋਲ ਗੰਦਾ ਨਾਲਾ ਬੰਦ ਹੋਇਆ ਪੂਰਾ ਗੰਦਾ ਨਾਲਾ ਬੰਦ ਹੋਣ ਲੱਗੇ 2 ਲੱਖ ਰੁਪਏ ਦੇਵਾਂਗੇ ਠੇਕਾ ਅਗਰ ਕੋਈ ਬੰਦਾ ਲੱਗਦਾ ਤੇਰੀ ਨਜ਼ਰ 'ਚ ਕੋਈ ਬੰਦਾ ਐਸਾ ਹੋਵੇ ਤੂੰ ਮੈਨੂੰ ਸਮਝਦਾ ਕੀ ਮੈਂ ਤੈਨੂੰ ਨਹੀਂ ਕਹਿ ਰਿਹਾ ਮੈਂ ਕੋਈ ਬੰਦਾ ਤੇਰਾ ਤੱਲਕ ਲਾਵੇ 2 ਲੱਖ ਰੁਪਏ ਦਾ ਠੇਕਾ ਵਾ ਤੂੰ ਤੈਨੂੰ ਮੈਂ ਕਹਿ ਇਸ ਤਰ੍ਹਾਂ ਦੀ ਤੂੰ ਡਿਸਕਸ ਮੈਂ ਨਾ ਕੋ ਕਰਦਾ ਉਹ ਯਾਰ ਮੈਂ ਤੈਨੂੰ ਵੈਸੇ ਕਹਿ ਰਿਹਾ ਮੈਨੂੰ ਯਾਰ ਮੈਂ ਡਰਾਮੇ 'ਚ ਕੰਮ ਕਰਦਾ ਮੈਂ ਮਤਲਬ ਛੱਡੋ ਤੇਰੇ ਕੋਲ ਸਾਨ ਵਾਲੀ ਕੋਈ ਗੱਲ ਹੀ ਹੈ ਨਹੀਂ ਅੱਛਾ ਯਾਰ ਰਾਜਾ ਮੈਂ ਤੈਨੂੰ ਉਹੀ ਗੱਲ ਤੂੰ ਗੁੱਸਾ ਮਿਹਨਤ 'ਚ ਕੀ ਮਿਹਨਤ ਬੰਦੇ ਦਾ ਪੁੱਤਰ ਬਣ ਉਹ ਨਹੀਂ ਕਰਦਾ ਭੈਣ ਮੈਂ ਤੈਨੂੰ ਵੈਸੇ ਰੁਕ ਗਿਆ ਯਾਰ ਸਜਾ 2 ਲੱਖ ਰੁਪਈਆ ਉਹਨਾਂ ਨੇ ਦੇਣਾ ਸੀ ਮੈਂ ਕਿਹਾ ਤੇਰਾ ਕੋਈ ਬੰਦਾ ਚਲੋ ਭਲਾ ਹੋ ਜਾਏ ਯਾਰ ਇਹ 'ਚ ਕੀ ਅੱਜ ਕੱਲ੍ਹ ਦੇ ਦੌਰ 'ਚ 2 ਲੱਖ ਤੂੰ 200 ਰੁਪਏ ਦੀ ਖਾਤਰ ਪਾਉਣਾ ਘੰਟਾ ਹੋ ਗਿਆ ਮਿਹਨਤ ਨਹੀਂ ਕਰਨ ਦਿਆ ਤੇ 2 ਲੱਖ ਰੁਪਏ ਦੀ ਖਾਤਰ ਖਾਲੇ ਦੀ ਚੜਾਈ ਕਿੰਨੀ ਆ ਹੁਣ ਕਿੱਧਰ ਗਿਆ ਉਹ ਜਿਹੜਾ ਸਾਰਾ ਕੁਛ ਚੋਰੀ ਮਿਹਣਾ ਯਾਰੀ ਮਿਹਣਾ ਮਜ਼ਦੂਰੀ 'ਚ ਕੋਈ ਮਿਹਣਾ ਨਹੀਂ ਮੈਂ ਔਰਗਨਾਈਜ਼ ਕਰ ਲਵਾਂਗਾ ਕੀ ਕਰ ਲਵਾਂਗਾ
ਮੈਂ ਸੱਦ ਲਾਂਗਾ ਵਰਕਰ। ਇਹ ਹੁਣੇ ਤੇ ਤੂੰ ਬੜੀ ਅੱਲਾ ਮਾਫੀ ਦੇਵੇ ਮੁਗਲਾਈ ਖਾਨਦਾਨ ਦੀ ਤਬੀਅਤ ਕਰ ਲਈ ਸੀ। ਸਾਡੇ ਨਾਲ ਮਿਲਾਓ, ਸਾਡੇ ਨਾਲ ਨਾ ਮਿਲਾਣਾ, ਸਾਡਾ ਨਾਂ ਨਹੀਂ ਮਿਲਾਣਾ ਇਹਨੂੰ। ਛੁਰੀਆਂ ਚਾਕੂਆਂ ਨਾਲ ਉਹ ਮਾਰਦੇ ਜਿਨ੍ਹਾਂ ਦੇ ਹੌਸਲੇ ਨਹੀਂ। ਤੂੰ ਕਿੱਦਾਂ ਮਾਰਿਆ? ਸਾਡੀ ਤੇ ਬਦਦੁਆ ਚ ਹੀ ਅਸਰ ਆ। ਅੱਛਾ ਚੱਲ ਕੋਈ ਨੀ, ਕੀ ਕੀ ਦੱਸ ਕੀ? ਚੱਲ ਯਾਰ, ਸਾਡਾ ਮਜ਼ਹਬ ਜਿਹੜਾ ਨਾ ਯਤੀਮ ਦੇ ਸਿਰ ਤੇ ਹੱਥ ਰੱਖਣ ਦੀ ਇਜਾਜ਼ਤ ਦਿੰਦਾ, ਇਸ ਤਰ੍ਹਾਂ ਦੀ ਘੂਰੀ ਦਾ ਨਹੀਂ। ਅੱਲਾ ਦੀ ਕਸਮ ਯਾਰ, ਨਾ ਯਾਰ, ਨਾ ਏ ਨਾ 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 ਇਹ ਮੈਂ ਨਾਜ਼ਰੀਨ ਤੁਹਾਨੂੰ ਦਿਖਾਉਣਾ ਕਿ ਫੈਸਲਾਬਾਦ 'ਚ ਟੈਲੈਂਟ ਕੀ ਆ। ਖੁਦਾ ਦੀ ਕਸਮ ਏ, ਮੈਂ ਪੂਰਾ ਪਾਕਿਸਤਾਨ ਫਿਰਿਆ, ਮੈਨੂੰ ਇਹ ਮਜ਼ਾ ਨਹੀਂ ਆਇਆ ਕਿਤੇ ਵੀ ਜਿਹੜਾ ਇੱਥੇ ਦੇ ਆਰਟਿਸਟਾਂ 'ਚ। ਬਹੁਤ ਸ਼ਾਬਾ ਜਵਾਨਾ। ਫੈਸਲਾਬਾਦ ਇੱਕ ਐਡਾ ਦਰਖੇਜ਼ ਇਲਾਕਾ। ਜਦੋਂ ਮੈਂ ਗੱਲ ਕਰਤੀ ਹੈ ਨਾ ਤੇ ਮੇਰੇ ਤੇ ਯਕੀਨ ਰੱਖ, ਇਕਦਮ ਹੀ ਮਸਤੰਸਰ ਹੁਸੈਨ ਤਾਰੜ ਨਾ ਬਣ। ਉਹ ਯਾਰ ਤੇਰਾ ਆਪਣਾ ਲੈਣ ਦੇਣਾ, ਮੇਰਾ ਆਪਣਾ ਲੈਣ ਦੇਣਾ। ਨਹੀਂ ਤੇ ਉਹ ਮੇਰਾ ਕੈਮਰਾ ਵਾ, ਤੈਨੂੰ ਕੀ ਹੈ? ਤੂੰ ਆਪਣਾ ਕੈਮਰਾ ਲੈ ਕੇ ਆ। ਆਹੋ, ਉੱਧਰ ਨਾ ਵੇਖੋ ਮੇਰਾ ਕੈਮਰਾ ਵਾ। ਆਜ਼ਾਦ ਪਹਿਲੇ ਸਿਰਫ ਸੜਕਾਂ 'ਤੇ ਫਿਰਦਾ ਹੁੰਦਾ ਸੀ। ਅੱਛਾ, ਇਹਦੇ ਤਾਇਆ ਆਪ ਨੂੰ ਤਜਰਬਾ ਕਰਕੇ ਉਡਾਇਆ ਉਹਨੂੰ। ਉਹ ਕਿੱਦਾਂ? ਬਸ ਉਹਨਾਂ ਨੇ ਕਿਹਾ ਉੱਡ ਵੀ ਸਕਦਾ। ਤਰੀਕ ਥੋੜ੍ਹੀ ਜਿਹੀ ਪੜ੍ਹੀ ਆ, ਜਹਾਜ਼ ਬਣਾਇਆ ਗਿਆ ਬੱਕਰੀ ਵੱਲ ਦੇਖ ਕੇ। ਬੱਕਰੀ ਵੱਲ ਵੇਖ ਕੇ ਕਿੱਦਾਂ? ਬੱਕਰੀ ਦਾ ਮੂੰਹ ਨਹੀਂ ਹੁੰਦਾ ਇੰਜ ਕਰਕੇ, ਜਹਾਜ਼ ਵੀ ਅੱਗੋਂ ਇੰਜ ਹੁੰਦਾ। ਅੱਛਾ ਅੱਛਾ, ਅਸਲ ਦੇ ਵਿੱਚ ਨਾ ਇਹਦੀ ਸਕਿੱਤੀ ਕਰਨੀ ਤੂੰ। ਪਾਥੀ ਕਿੰਨੇ ਗ੍ਰਾਮ ਦੀ ਹੁੰਦੀ ਹੈ? ਇਹਨੂੰ ਕਹ ਇਨਸਾਨਾਂ ਦੇ ਪੁੱਤਰਾਂ ਦੀਆਂ ਗੱਲਾਂ ਕਰੀ ਜਾ ਵਿੱਚ ਇੱਕਦਮ ਜਾਜ਼ਾ ਨਹੀਂ ਗੱਲਾਂ ਹੋ ਰਹੀਆਂ ਤੂੰ ਕਿਸੇ ਨਾ ਅਜੀਬ ਫੈਮਿਲੀ ਨਾਲ ਇਹਦਾ ਤਲਾਕ ਆ। ਹਾਂ, ਪਾਥੀ 80 ਗ੍ਰਾਮ ਦੀ ਹੁੰਦੀ ਹੈ। ਜ਼ਰਾ ਜਿੰਨੀ ਵੀ ਸਿੱਲੀ ਹੋਵੇ ਉੱਥੇ ਵਜ਼ਨ ਦਾ ਵਾਧਾ ਘਾਟਾ ਹੋ ਜਾਂਦਾ। ਇਹ ਜਦੋਂ ਸਿੱਲੀ ਸਿੱਲੀ ਆਉਂਦੀ ਹੈ ਪਾਥੀ ਤੇ ਕਿਤੇ ਕੋਈ ਬਾਲਦਾ ਹੋਏਗਾ। ਆਹੋ, ਅੱਛਾ ਖਾਨ ਸਾਹਿਬ ਦੱਸੋ, ਇਹ ਗਲੀਆਂ ਮੁਹੱਲਿਆਂ ਦੇ ਬਦਮਾਸ਼ ਜਿਹੜੇ ਆ, ਹਾਂ, ਐਵੇਂ ਸ਼ੋਕੇ ਪੂਰੇ ਮੁਹੱਲੇ ਨੂੰ ਪਤਾ ਗਿਆ ਬੰਦਾ ਬਦਮਾਸ਼ ਨਹੀਂ। ਆਹੋ, ਫਿਰ ਵੀ ਟੌਰ ਹੋਈ ਛਿੱਤਰ ਵੀ ਖਾਈ ਜਾ ਰਹੇ ਆ, ਮੰਨਦੇ ਵੀ ਨਹੀਂ ਤੇ ਮੰਨ ਵੀ ਜਾਂਦੇ ਆ। ਇਸ ਤਰ੍ਹਾਂ ਬਦਮਾਸ਼ ਇੱਕ 6ਵੀਂ 7ਵੀਂ ਗਲੀ ਜਾ ਕਹਿ ਰਿਹਾ, ਸਹੀ ਜ਼ਿੰਦਗੀ ਆਹ ਬਦਮਾਸ਼ੀ ਕੀਤੀ, ਆਹ ਨਹੀਂ ਕਿਹਾ ਡਰੇ ਉਹ ਤੇ ਬੰਦਾ ਮਾਰਾਂ ਤੋਂ ਬਾਅਦ ਪੁੱਛਦਾ ਤੇ ਇਸ ਤਰ੍ਹਾਂ ਦੇ ਨਾ ਟਰਨੈਲ ਮਾਰੀ ਜਾ ਰਿਹਾ। ਥੋੜ੍ਹੀ ਦੇਰ ਬਾਅਦ ਉਹਦਾ ਦੋਸਤ ਆਇਆ, ਕਹਿੰਦਾ ਕੀ ਬਕਵਾਸ ਕਰੀ ਜਾ ਰਿਹਾ? ਕਹਿੰਦਾ ਤੁਹਾਨੂੰ ਤਾਂ ਪਤਾ ਸਾਰੀ ਜ਼ਿੰਦਗੀ ਇਹ ਬਦਮਾਸ਼ੀ 'ਚ ਕੱਢੀ ਹੋ। ਕਹਿੰਦਾ ਕਿਹੜੀ ਬਦਮਾਸ਼ੀ? ਪਰਸੋਂ ਤਾਂ ਤੇਰੀ ਬੁੱਢੀ ਤੈਨੂੰ ਛਿੱਤਰ ਮਾਰ ਰਹੀ ਸੀ। ਅੱਗੋਂ ਬਦਮਾਸ਼ ਕਹਿੰਦਾ ਲੈ ਕਹਿੰਦਾ ਝੂਠ ਉੱਥੋਂ ਹੀ ਫੜਿਆ ਗਿਆ, ਉਹਨੂੰ ਤਾਂ ਗਈ ਨੂੰ ਹਫ਼ਤਾ ਹੋ ਗਿਆ ਆਪਣੇ ਮਿਲ ਕੇ, ਉਹ ਮੇਰੀ ਸਾਲੀ ਸੀ। ਅੱਗੋਂ ਦਾ ਦੋਸਤ ਕਹਿੰਦਾ ਉਹ ਬਗੈਰ ਤਾਂ ਤੂੰ ਸਾਲੀ ਕੋਲੋਂ ਛਿੱਤਰ ਖਾਈ ਜਾਂਦਾ, ਅੱਗੋਂ ਸ਼ਰਮਿੰਦਾ ਨਹੀਂ ਹੋਇਆ? ਕਹਿੰਦਾ ਉਹ ਸ਼ੁਰੂ ਤੋਂ ਇੰਜਦੀ ਹੈ, ਮੈਂ ਉਹਨੂੰ ਰੋਕਿਆ, ਉਹ ਨਹੀਂ ਹਟਦੀ, ਬਦਮਾਸ਼ੀ ਉਹਦੀ ਉੱਥੇ ਹੀ ਹੈ। ਦੂਸਰਾ ਕਹਿ ਰਿਹਾ ਕਾਹਦਾ ਤੂੰ ਬਦਮਾਸ਼ ਹੈ? ਆਹ, ਐਡਾ ਤੂੰ ਮਰੇ ਬਦਮਾਸ਼ ਉਹ ਗੁਜਰਾਂ ਦਾ ਤੂੰ ਲੇਲਾ ਖੋਲ ਲਿਆ। ਆਹੋ, ਅੱਗੋਂ ਫੇਰ ਨਹੀਂ ਸ਼ਰਮਿੰਦਾ ਹੋ ਰਿਹਾ, ਲੇਲਾ ਬੜਾ 80 ਫੁੱਟਾਂ ਸੀ, ਐਡਾ ਕੁ ਲੇਲਾ 325 ਦਾ ਵਿਕਿਆ, ਉਹ 'ਚ ਮੈਂ 130 ਤੂੰ ਦੇਖ ਗਿਆ ਇਹਨੂੰ। ਆਹੋ, ਇਸ ਤਰ੍ਹਾਂ ਬਦਮਾਸ਼। ਆਹੋ, ਉਹ ਉਦੋਂ ਦੋ ਬੁੱਢੀਆਂ ਨੇ ਜਿਹਨੂੰ ਤੂੰ ਛੇੜਿਆ ਉਹਨਾਂ ਨੇ ਉਹ ਚਪੇੜਾਂ ਮਾਰੀਆਂ, ਬੁਰਖਾ ਜਿਹਨਾਂ ਨੇ ਪਾਇਆ ਸੀ ਬੁੱਢੀਆਂ ਨੂੰ, ਬੜਾ ਬਦਮਾਸ਼ ਮਾਮਾ ਤੋਂ ਬਣੀ ਫਿਰਦਾ। ਉਹ ਜਾ ਕੰਮ ਕਰ, ਦੋ ਘੰਟਾ ਚਪੇੜਾਂ ਮਾਰੀਆਂ, ਉਹ ਐਵੇਂ 15-20 ਮਿੰਟ ਮਾਰੀਆਂ ਘੰਟਾ, ਪਤਾ ਨਹੀਂ ਕੀ ਲੱਭਦਾ ਇਹਨੂੰ ਝੂਠ ਬੋਲ ਕੇ। ਉਹ ਜਿਹੜੀ ਤੇਰੀ ਲੱਤ ਬੰਨੀ ਸੀਗੀ ਦਰਖਤ ਦੇ ਨਾਲ, ਕਿਹਨੇ? ਉਹ ਲਾਲੇ ਹੋਰਾਂ ਨੇ, ਮਲਕਾਂ ਨੂੰ। ਆਹੋ, ਉਹ ਜਾ ਮਲਕਾਂ 'ਚ ਇੰਨੀ ਜ਼ਰੂਰਤ ਆ ਗਈ ਵੀ ਲੱਤ ਨੂੰ ਰੱਸੀ ਪਾਉਣ, ਖਾਲਾ ਮਹੀਨਾ ਨਹੀਂ ਉਹਦੇ ਘਰ ਦੇ ਸਾਹਮਣੇ ਜਿਹੜੀ ਬੇਰੀ ਆ ਉਹਦੇ ਨਾਲ ਘੰਟਾ ਜਾਂ ਡੇਢ ਘੰਟਾ ਬੰਨਿਆ, ਇੱਥੇ ਹੱਥ ਬੰਨੇ ਸੀ ਅਤੇ ਲੱਤ ਦਾ ਤਾਂ ਉੱਥੇ ਜ਼ਿਕਰ ਹੀ ਨਹੀਂ। ਕੀ ਬਦਮਾਸ਼ ਜਿਹੜਾ ਤੇਰਾ ਮੂੰਹ ਕਾਲਾ ਕੀਤਾ ਸੀ, ਮੈਂ ਤੇਰੇ ਥੱਪੜ ਮਾਰਨਾ ਮੂੰਹ ਕਾਲਾ ਕੀਤਾ, ਆਟਾ ਥੋੜ੍ਹਾ ਜਿਹਾ ਜਿਹਨਾਂ ਰੋਟੀ ਨਹੀਂ ਪਕਾਈ ਦੇ ਜੇ ਚਪੇੜੇ ਪਾਏ, ਜਿਹਨੂੰ ਕਹਿੰਦੇ ਇਹ ਖੁਸ਼ਕਾ, ਉਹ ਦੋ ਤਿੰਨ ਇਸ ਤਰ੍ਹਾਂ ਮਾਰਿਆ, ਇਹਦਾ ਮੂੰਹ ਕਾਲਾ ਹੁੰਦਾ ਜਾਂ ਚਿੱਟਾ ਹੁੰਦਾ ਇਹ ਉਹਨੂੰ ਦੱਸੋ। ਅਤੇ ਜਿਹੜਾ ਜੁੱਤੀਆਂ ਦਾ ਹਾਰ ਪਾਇਆ? ਨਹੀਂ ਨਹੀਂ, ਉਹ ਜਿਹੜਾ ਖੋਤੇ 'ਤੇ ਪਾਇਆ ਤੈਨੂੰ ਜੁੱਤੀਆਂ ਦਾ ਹਾਰ ਪਾ ਕੇ ਖੋਤੇ 'ਤੇ ਪਾ ਕੇ ਮੁਹੱਲੇ 'ਚੋਂ ਕੱਢਿਆ ਸੀ,
ਸਵਾਹ ਪੂਰੀ ਉਹਨਾਂ ਨੇ 2.5 ਕਿਲੋ ਸਵਾਹ ਲੈ ਕੇ ਤੇ ਉਹਨੂੰ ਪਾਣੀ ਨਾਲ ਮਿਕਸ ਕਰਕੇ ਲੇਪ ਕੀਤਾ ਸੀ ਤੇਰੇ। ਉਹ ਜੇ ਮੂੰਹ ਕਾਲਾ ਕੀਤਾ ਉਹਨਾਂ ਦੇ ਹੱਥ ਵੀ ਤਾਂ ਕਾਲੇ ਹੋਏ ਆ, ਉਹਨਾਂ ਨੇ ਬੜਾ ਪੁੱਛਣਾ ਕੀਤਾ। ਕੋਈ ਹਾਲ ਨੀ ਯਾਰ, ਕੜੇ ਵਾਲਾ ਝਾੜੂ ਕਿੰਨੇ ਕਦਾ ਮਿਲਦਾ ਗੰਦੀ ਨਸਲ ਨੇ ਯਾਰ, ਤੂੰ ਕਿਉਂ ਗਨਾ ਕੇ ਯਾਰ ਤੁਸੀਂ ਮੈਂ ਜਾਂਦਾ ਹੀ ਇੱਕ ਮਿੰਟ ਨਹੀਂ ਲੈ, ਓ ਇੱਕ ਮਿੰਟ ਮੈਂ ਤੂੰ ਨਾਲੀਆਂ ਚਿੱਕੜ ਤੂੰ ਗਟਰ ਤੇ ਚੋਂ ਬਾਹਰ ਵੀ ਆ ਜਾ, ਤੂੰ ਕੜੇ ਵਾਲਾ ਝਾੜੂ ਕਿੰਨੇ ਦਾ ਮਿਲਦਾ ਹੈ ਉਹਨੂੰ ਕੀ ਪਤਾ ਯਾਰ, ਉਹ ਚੂੜਾ ਵਾ ਕੜੇ ਵਾਲਾ ਝਾੜੂ ਦਾ ਹੀ ਪੁੱਛ। ਓ ਯਾਰ ਨਹੀਂ ਤੂੰ ਇਦਾਂ ਨਹੀਂ ਕਰ, ਉਹ ਵੱਡੀ ਗੱਲ ਬਦਮਾਸ਼ ਦੀ ਕਰ ਰਿਹਾ ਤੂੰ ਕੜੇ ਵਾਲਾ ਝਾੜੂ ਵਿੱਚ, ਚੱਲ ਯਾਰ ਕੋਈ ਨਹੀਂ ਲੈਣ ਦੇ, ਜੇ ਤੀਲੇ ਲੈਣੇ ਆ ਫੁੱਲਾਂ ਵਰਗੇ ਮੈਂ ਤੈਨੂੰ ਬਚਾਉਣ ਦੇ ਆ ਮਾਮਾ, ਤੂੰ ਤੂੰ ਅੱਗੋਂ ਤੈਨੂੰ ਮੈਂ ਬਚਾਉਣ ਦੇ ਆ ਹਰ ਗੱਲ ਤੇ, ਤੂੰ ਸਕਿੰਟ ਬਾਅਦ ਫਿਰ ਫਿਰ ਉਹਦੀ ਜ਼ਬਾਨ ਨੂੰ ਤਾਲਾ ਲਵਾ। ਮੈਂ ਖੁਦਾ ਦੀ ਕਿਸਮ, ਓਏ ਨਹੀਂ ਤਾਂ ਤੂੰ ਕੜੇ ਬਾਅਦ 'ਚ ਦੱਸਦਾ ਕਿਉਂ, ਤੂੰ ਮੇਰੇ ਸਾਹਮਣੇ ਖਰੀਦਦਾਰੀ ਹੁੰਦੀ ਆ ਨਾ ਫਿਰ ਪਤਾ ਹੁੰਦਾ ਇਹ ਮਾਲ ਦਾ। ਅਜੀਬ ਗੱਲ ਆ, ਅੱਗੇ ਹੋ ਕੇ ਬਹਿ। ਬੱਕਰੀ ਇੱਕ ਟਾਈਮ 'ਚ ਕਿੰਨੀਆਂ ਮਿੰਗਣਾ ਕਰਦੀ? ਇੱਕ ਮਿੰਟ, ਟੈਡੀ ਜਾਂ ਦੇਸੀ? ਦੇਸੀ ਦੇਸੀ ਹਾਂ, ਜੇ ਮੈਦਾ ਸਹੀ ਹੈ 350 ਤੋਂ ਉੱਤੇ ਹੀ ਹੁੰਦੀ ਹੈ। ਕੂੜਾ ਅੱਜ ਵੀ ਉੱਥੇ ਹੀ ਪਿਆ ਹੈ ਯਾਰ, ਇਹਨੂੰ ਕੀ ਤਕਲੀਫ ਹੈ ਤੈਨੂੰ ਕੀ ਸਮਝ? ਮੇਰੇ ਕੋਲ ਥੱਪੜ ਖਾਣੇ ਆ। ਕਿਉਂ? ਅਮੀ ਦਾ ਚਿੱਕੜ ਹੋਇਆ, ਇਹ ਕੁਛ ਕੁਝ ਮੈਂ ਭੇਜਦਾ ਮੁੰਡਾ, ਸ਼ਰਮ ਹੁੰਦੀ ਹੈ ਯਾਰ। ਤੂੰ ਤੂੰ ਨਾਲ ਇਹਨਾਂ ਗੱਲਾਂ ਦੀ ਵਜ੍ਹਾ ਤੁਹਾਨੂੰ ਭੂਏ ਚੜਾਇਆ? ਮੈਂ ਨਹੀਂ ਭੂਏ ਚੜਾਇਆ, ਬਦਤਮੀਜ਼ੀ ਕਰਦਾ ਹੋਰ, ਅੱਲਾ ਮਾਫੀ ਦੇਵੇ, ਮੇਰੇ ਕੰਮ ਕਰਨ ਵਾਲੇ ਆ। ਕਿਹਦੇ ਕੰਮ ਕਰਨ ਵਾਲੇ? ਹੋਰ ਜਿਹੜੇ ਅੱਗੋਂ ਬੰਦੇ ਰੱਖੇ ਉਹ ਕਰਦੇ ਆ, ਤੇ ਜੇ ਉਹ ਬੰਦੇ ਨਾ ਆਉਣ ਛੁੱਟੀ ਕਰ ਲੈਣ? ਕਿਸੇ ਵੇਲੇ ਆਪ ਹੀ ਜਾਣਾ ਪੈਂਦਾ। ਤਾਜੀ ਸਦਕੇ ਦੀ ਸਿਰੀ ਲੈ ਲੈਂਦੇ ਹੋ? ਚੱਲ ਉਹ ਕਿਸੇ ਸਦਕੇ ਦੀ ਸਿਰੀ ਦਾ ਦੱਸਣ? ਨਹੀਂ ਠਹਿਰ ਜਾ, ਉਹ ਕਿਸੇ ਪਾਗਲ ਦੇ ਬੱਚੇ ਆ ਸਦਕੇ ਵਾਲੀ, ਸਾਰੀ ਕਾਲੀ ਨਾਲ ਡਬਕ ਡੱਬੀ ਲੈ ਲਈ, ਬਹੁਤਾ ਕੰਮ ਖਰਾਬ ਹੁੰਦਾ ਯਾਰ। ਮੈਂ ਹਿਸਾਬ ਇਹ ਲਾਇਆ ਕਿ ਉਹ ਤੈਨੂੰ ਸਮਝਦਾ ਤੇ ਤੂੰ ਉਹ ਤੂੰ ਸਹੀ ਹੈ, ਤੈਨੂੰ ਤੂੰ ਨਹੀਂ ਆ ਸਕਦਾ। ਜ਼ਿਆਦਾ ਐਸੀ ਅੱਲਾ ਜਾਣਦਾ, ਕੋਈ ਗੱਲ ਨਹੀਂ, ਇਹ ਕੋਲੋਂ ਕਿਆ ਸਰਾਈਆਂ ਲਾਉਂਦਾ ਤੇ ਤੂੰ ਅੱਗੋਂ ਦੀਆਂ ਪੂਰੀ ਕਰੀ ਜਾ ਰਿਹਾ, ਲੜਦਾ ਬਾਅਦ 'ਚ ਤੇ ਉਹਨੂੰ ਸ਼ਗਿਰਦ ਕਰਦਾ ਨਹੀਂ ਤੂੰ ਹੁਣ। ਸ਼ਗਿਰਦ ਤੂੰ ਕਰ ਲਾ, ਮੈਂ ਨਹੀਂ ਕਰਨਾ। ਨਹੀਂ ਮੈਂ ਤਾਂ ਨਹੀਂ ਕਰਨਾ, ਤੂੰ ਕਰ ਲਾ। ਮੈਂ ਤਾਂ ਨਹੀਂ ਹੋਣਾ ਇਹਦਾ, ਹੋਣਾ ਤੂੰ? ਮੈਂ ਇਹਨਾਂ ਦਾ ਹੀ ਹੋਣਾ ਸ਼ਗਿਰਦ। ਮੇਰੀ ਗੱਲ ਸੁਣੋ, ਮੈਂ 6 ਮਹੀਨੇ ਇਹਨਾਂ ਨੂੰ ਕੁੱਟਿਆ, ਇਹ ਮੈਨੂੰ ਦਬਾ। ਮੈਂ 6 ਮਹੀਨੇ ਤੈਨੂੰ ਦਵਾਵਾਂ ਵੀ ਦਿੱਤੀਆਂ ਹੀ ਆ। ਨਹੀਂ ਨਹੀਂ ਕੀ 6 ਮਹੀਨੇ ਦਬਾਇਆ, ਕੁੱਟਾਈ ਕੀਤੀ ਹੈ ਇਹਨਾਂ ਨੂੰ, ਕਾਹਤੋਂ ਕੁੱਟਣ? ਤੇ ਮੈਂ ਨਹੀਂ ਸ਼ਗਿਰਦ ਜੇ ਕਰਨਾ। ਅੱਛਾ, ਯਾਨੀ ਤੂੰ ਆਪਣੀਆਂ ਚੀਜ਼ਾਂ ਵਾਪਸ ਲੈ ਰਿਹਾ? ਹਾਂ, ਚੀਜ਼ਾਂ ਮੇਰੀਆਂ ਵਾਪਸ, ਮਠਿਆਈ ਮੈਂ ਦਿੱਤੀ ਸੀ। ਠਹਿਰ ਜਾਓ ਅਸਲਮ ਸਾਹਿਬ, ਉਹਦਾ ਕਹਿਣ ਦਾ ਮਕਸਦ ਇਹ ਹੈ ਕਿ ਅਗਰ ਤੁਸੀਂ ਸ਼ਗਿਰਦ ਨਹੀਂ ਕਰਨਾ ਤੇ ਜੋ ਮੈਂ ਤੁਹਾਡੇ ਨਾਲ ਕੀਤਾ ਨਾ ਐਜ਼ ਏ ਸ਼ਗਿਰਦ, ਹਾਂ ਮਹੱਬਤਾਂ, ਉਹ ਵਾਪਸ ਕਰੋ। ਅੱਛਾ, 6 ਮਹੀਨੇ ਕੁੱਟਿਆ ਤੂੰ? ਬਿਲਕੁਲ, ਮੈਂ ਕੁੱਟਿਆ। ਤੈਨੂੰ 6 ਮਹੀਨੇ ਇਹ ਕੁੱਟਣ? ਬਿਲਕੁਲ 6 ਮਹੀਨੇ ਆ। ਹੋਰ ਕੋਈ ਤੇਰਾ ਹਿਸਾਬ? ਇਹਦੇ ਮੂੰਹ ਤੇ ਥੱਪੜ ਮਾਰ ਕੁੱਟਿਆ, ਥੱਕਿਆ ਤੇ ਮੈਂ ਹੁਣ ਵੀ ਆ, ਫੇਰ ਹੁਣ ਵੀ ਕੁੱਟੇ, ਹੁਣ ਇਹਦੇ ਕਿਹੜਾ ਹੱਥ ਸੌਂਦੇ ਆ। ਅੱਛਾ ਹੋਰ ਕੀ? 11 ਫੁੱਟ ਦੀ ਹੋਦੀ ਕਿੰਨੀ ਦੇਰ ਚ ਕੱਢੋਗੇ? ਉਹ ਯਾਰ ਇਹਨੇ ਮੈਨੂੰ ਆ ਦੇਖ ਸਜਾਦ, ਉਹ ਯਾਰ ਖੁਦਾ ਦਾ ਨਾਂ ਯਾਰ ਤੂੰ ਫੈਸਲ, ਉਹ ਯਾਰ ਜਾ ਤੂੰ ਹੋਦੀ ਗਟਰ ਨਾਲੀਆਂ ਢੱਕਣ, ਤੂੰ ਪਹਿਲੇ ਸਾਦ ਦਾ ਇਮੇਜ ਆਪਣੇ ਦਿਮਾਗ 'ਚ ਰੱਖਿਆ ਚੂੜੇ ਵਾਲਾ, ਅੱਗੋਂ ਤੂੰ ਕੀ ਕਰਨਾ? ਉਹ ਅਸੀਂ ਖਾਂਦਾ ਨਹੀਂ ਯਾਰ, ਸਿਰਫ ਲੱਗਦਾ ਵਾ 11 ਫੁੱਟ ਦੀ ਹੋਦੀ ਜੀ, ਮੈਂ ਪੁੱਛਿਆ ਇਹਨੂੰ ਯਾਰ, 4 ਕਿਲੋ ਮਸਾਲਾ ਪਾਉਣਾ? ਉਹ ਯਾਰ ਵੀ ਕਿਸੇ ਨੂੰ ਚੀਜ਼ ਬਣਾ ਕੇ ਦਈਏ ਫਿਰ ਚੰਗੀ ਦਈਏ, ਉਹ 'ਚ ਪਾਣੀ ਠਹਿਰਨਾ ਹੁੰਦਾ, ਲੀਕ ਕਰਨ ਲੱਗ ਜਾਂਦਾ, ਪੂਰਾ ਘਰ ਡਿਸਟਰਬ ਹੋ ਜਾਂਦਾ, ਪੂਰਾ ਮਹੱਲਾ। ਅੱਛਾ ਭਾਵੇਂ ਤੁਸੀਂ ਸ਼ਗਿਰਦੀ ਵਾਪਸ, ਅਸੀਂ ਨਹੀਂ ਕਰਨਾ ਸ਼ਗਿਰਦ, ਮੈਂ ਨਹੀਂ ਸ਼ਗਿਰਦ ਕਰਨਾ ਸੱਚੀ, ਇਹਨੂੰ ਕੋ ਮੈਨੂੰ ਰੱਬ ਦੀ, ਮੈਂ ਨਹੀਂ ਕਰਨਾ। ਹੋਰ ਕੀ ਹੈ ਤੇਰਾ? ਸਹੀ ਫਤਰਾਨਾ ਵੀ ਲੈ ਲੈਂਦੇ ਹੋ? ਛਿੱਤਰ ਖਾਣ ਲਈ ਤੂੰ ਬਿਲਕੁਲ ਤਿਆਰ ਆ, ਮੇਰਾ ਤੇ ਜ਼ਿਹਨ ਵੀ ਨਹੀਂ। ਨਹੀਂ ਮੈਂ ਪੁੱਛਿਆ ਹੀ ਇਹ ਕਿਹੜਾ ਛੋਟੀ ਇੱਦਾਂ ਕਿ ਵੱਡੀ ਆ, ਛੋਟੀ ਇੱਦਾਂ ਹੁੰਦਾ? ਜੇ ਤਾਂ ਘਰ ਦੇ ਫਰਦ ਬਹੁਤੇ ਆ ਫਿਰ ਲੈ ਲਾ, ਥੋੜ੍ਹੇ ਫਰਦਾਂ 'ਚ ਅਸੀਂ ਮੂੰਹ ਕਾਲਾ ਕਰਾਉਣ ਵਾਲੀ ਗੱਲ ਆ। ਆ ਵੇਖ ਲਓ, ਦੁਨੀਆ 'ਤੇ ਲੈਣ ਦੇਣ ਨਹੀਂ ਬਣਿਆ? ਹਾਂਜੀ ਹਾਂਜੀ ਸਹੀ ਗੱਲ, ਬਣਿਆ ਜੀ ਬਿਲਕੁਲ। ਖਾਨ ਸਾਹਿਬ
ਹੁਣ ਇਜਾਜ਼ਤ ਦਿਓ ਤੁਹਾਡੀ ਬੜੀ ਮਿਹਰਬਾਨੀ ਅੱਲਾ ਪਾਕ ਦੀ ਕਸਮ ਪਹਿਲੇ ਵੀ ਮੈਂ ਤੁਹਾਨੂੰ ਸੱਦਿਆ ਨਹੀਂ ਜਾਓ ਹਾਂ ਸਰ ਮੈਂ ਤੁਹਾਨੂੰ ਹਜ਼ਾਰ ਦਿੱਤਾ ਕੁਛ ਕੁਛ ਸ਼ਰਮ ਜਾ ਕਰ ਲਓ ਆਹ ਕੂੜੇ ਵਾਲੀ ਗੱਡੀ ਕਿੰਨੀ ਦੇਰ 'ਚ ਭਰਦੀ ਹੈ ਛਿਆਂ ਟਾਇਰਾਂ ਵਾਲੀ ਕਿ ਚੌਂ ਵਾਲੀ ਛਿਆਂ ਵਾਲੀ ਕੂੜੇ ਵਾਲੀ ਤਾਂ ਨਹੀਂ ਪਤਾ ਮੈਨੂੰ ਲੱਗਦਾ ਕੂੜਾਂ ਵਾਲੀ ਬਹੁਤ ਜਲਦੀ ਭਰ ਜਾਣੀ ਬੇਗਮ ਨੇ ਪੈਸੇ ਹੀ ਦੇਣੇ ਨੇ ਡੱਕਾ ਲੱਗਾ ਚਲੋ ਝੂਠਿਆ ਬੇਗਮ ਨੇ ਪੈਸੇ ਦੇਣੇ ਆ ਜੇ ਮੈਂ ਗੈਰਤਮੰਦਾਂ ਨੂੰ ਕਰ ਫੋਨ ਉਹਨੂੰ ਪਛਾਵੇ ਮੇਰਾ 350 ਉਸਤਾਦ ਜੀ ਮੇਰੀ ਗੱਲ ਸੁਣੋ ਖੁਦਾ ਦਾ ਤੁਹਾਨੂੰ ਨਾ ਜੇ ਨਹੀਂ ਨਹੀਂ 350 ਕਾਹਦਾ ਕਾਹਦਾ 350 ਉਹਨੇ 3-4 ਦਿਨ ਸਾਂਭਣ ਲੈਂਦਾ ਵੀ ਕੂੜਾ ਚੁਕਾਇਆ ਅਸੀਂ ਹਰਾਮ ਨਹੀਂ ਖਾਣਾ ਤੈਨੂੰ ਲਵੇ ਉਹ ਮੌਲਾ ਕਿਤੇ ਪੈਂਦੇ ਆ ਦੱਸ ਮੇਰੇ ਹੱਥ ਚੁਕਾ ਦੀ ਬੁਆਰੀ ਮੈਨੂੰ ਲਾਇਆ ਸੀ ਹੱਥ ਨਹੀਂ ਹੁਣ ਮੈਨੂੰ ਸ਼ਿਗਰਦ ਨਹੀਂ ਕਰਨਾ ਇਹਦਾ ਮਤਲਬ ਨਹੀਂ ਅੱਲਾ ਦੀ ਕਸਮ ਹੈ ਬਾਹਰ ਕੋ ਬਦਤਮੀਜ਼ੀ ਹੋ ਜਾਣੀ ਇਹਨੂੰ ਕਹਿ ਸਜਾਦ ਮੈਂ ਤੁਹਾਨੂੰ ਕਹਿ ਯਾਰ ਇੱਜ਼ਤ ਕਰਨ ਵਾਲੀ ਬਹੁਤ ਹੋਇਆ ਓਏ ਇੱਜ਼ਤ ਕਰਨ ਵਾਲੀ ਕਿਹਦੀ ਇੱਜ਼ਤ ਕਰਾਓ ਸ਼ਿਗਰਦ ਕਰ ਲੈਣ ਫਿਰ ਮੈਨੂੰ ਇੱਜ਼ਤ ਕਰ ਮੈਂ ਤੈਨੂੰ ਕਹਿਣ ਦਿਆਂ ਉਹਨਾਂ ਦੀ ਇੱਜ਼ਤ ਕਰ ਮੈਂ ਜੋ ਕਰ ਰਿਹਾ ਇੱਜ਼ਤ ਉਹਨਾਂ ਦੀ ਤੇ ਤੂੰ ਕਿਉਂ ਨਹੀਂ ਕਰਦਾ ਜਦੋਂ ਮੇਰੀ ਗੱਲ ਸੁਣ ਤੂੰ ਮੇਰਾ ਵੱਡਾ ਨਾ ਮੈਂ ਤੇਰਾ ਵੱਡਾ ਤੇ ਜਿਹਦੀ ਮੈਂ ਕਰਦਾ ਤੇਰਾ ਫਰਜ਼ ਨਹੀਂ ਬਣਦਾ ਤੂੰ ਵੀ ਉਹਦੀ ਕਰ ਬਣਦਾ ਕਿ ਨਹੀਂ ਤੁਹਾਡੇ ਤੋਂ ਬਹੁਤ ਹੀ ਮੈਂ ਕਰਦਾ ਵਾਂ ਇਹਨਾਂ ਦੀ ਇੱਜ਼ਤ ਮੈਂ ਕਰਨੀ ਆ ਮੈਨੂੰ ਕੋਈ ਰੋਕ ਕੇ ਦਿਖਾਵੇ ਮੈਂ ਕਰਾਂਗਾ ਉਸਤਾਦ ਹੀ ਜਿਹੜਾ ਤੁਹਾਨੂੰ ਫੜਦਾ ਇੰਜ ਮੇਰਾ ਵੇਲ ਕਰਦਾ ਛੱਡ ਦੇ ਇੱਕ ਮਿੰਟ ਛੱਡ ਅਸਲਮ ਮੇਰੀ ਗੱਲ ਸੁਣ ਤੇਰੇ ਨਾਲ ਅੱਜ ਤੱਕ ਉੱਚੀ ਨੀਵੀਂ ਗੱਲ ਕੀਤੀ ਮੈਂ ਕਦੀ ਤੇਰੇ ਗਿਰੇਬਾਨ ਨੂੰ ਹੱਥ ਪਾਇਆ ਹੋਵੇ ਮੈਂ ਤੈਨੂੰ ਦੀ ਨਾ ਤੁਹਾਨੂੰ ਪਾਕ ਨਾ ਹੋਏ ਉਹ ਆ ਜੀ ਕਿਸੇ ਨੂੰ ਬਾਦ ਹੀ ਦੱਸਦਾ ਮੇਰੇ ਵਾਲ ਪਕੜੇ ਮੇਰਾ ਭਰਾ